ਕੀ ਪਤਾ ਕਦੋਂ ਕ ਵੇਲੇ ਹੋਣਗੇ। ਉਹ ਫੜਾ ਫੜਾ ਨੂੰ ਫੜਾ 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 ਪੰਚਰ ਲਿਆ ਫੜ ਲਿਆ ਇਸ ਤਰ੍ਹਾਂ ਗਰਜਨ ਮੋਲ ਵਾਲਾ ਚੱਕੋ ਸਾਲਿਆ 1500-1600 ਲੈਂਦਾ ਉਹ ਸਾਪਣ ਜੀ ਵਾਲਾ ਚਾਰ ਦੇਖ ਠੀਕ ਹੈ ਕੱਚ ਤਾਂ ਰਹੀ ਨੀ ਕੋਈ ਥੱਲੇ ਮੋਰ ਛਾਪਾ ਕਿ ਸ਼ੇਰ ਛਾਪਾ ਨਾ ਕੁਛ ਨੀ ਛਾਪਣਾ ਬਸ ਸਪਾਲਾ ਨਾ ਹੈਂ ਨਾ ਬਾਹ ਖਰਾਬ ਕਰ ਤੇਰੀ ਮਾਂ ਨੂੰ ਬੋਲ ਮਾਰ ਕਿੱਥੇ ਆ ਤੇਰੀ ਮਾਂ ਨੂੰ ਬੋਲ ਮਾਰ ਮਾਂ ਲਾ ਦੀ ਫੋਟੋ ਛਾਪ ਦਿੰਦੇ ਬਸ ਯਾਰ ਉਹ ਖੜ ਜਾ ਤੇਰੀ ਮਾਂ ਦੀ ਬੱਕਿਆ ਚਿੱਕੀ ਜਾਂਦੇ ਆ ਦੋ ਜਣੇ ਨੂੰ ਟੇਕ ਨਹੀਂ ਆਉਂਦੀ ਹੈਗੀ ਫੋਟੋ ਫੋਟੋ ਛਾਪਣੀ ਆ ਕਿਹੜੀ ਫੋਟੋ ਛਾਪਣੀ ਆ ਮਹਾ ਇੱਥੇ ਫੋਟੋ ਛਾਪ ਦਿੰਨੇ ਆ ਕਾਦੀ ਆ ਨਾਂ ਤਾਂ ਲਿਖਤਾ ਗਰਜਨ ਨੂੰ ਬੋਲ ਵਾਲਾ ਦੋ ਚਾਰਜ ਪੈਂਦੇ ਨੇ ਇੱਕ ਤਾਂ ਨਾਜਰ ਵਾਲਾ ਇੱਕ ਸਾਲਿਓ ਤੁਸੀਂ ਤੀਵੇਂ ਲਿਆ ਕੇ ਵੇਚ ਦਿਓਗੇ ਨਾ ਨਾ ਜੀ ਆਹ ਤਾਂ ਗਲਤ ਲਾਤਾ ਮੇਰੇ ਤੇ ਇਲਜ਼ਾਮ ਨਹੀਂ ਇਲਜ਼ਾਮ ਤਾਂ ਮੇਰੇ ਤੇ ਜਿਹੜਾ ਲਾਉਣਾ ਚਾਹੀਦਾ ਸੀ ਲਾਓ ਤੁਸੀਂ ਮੇਰੇ ਤੇ ਦਾਰੂ ਦਾ ਲਾਓ ਫਿਰ ਵੀ ਕੀ ਪਤਾ ਕਦੋਂ ਕ ਮੇਲੇ ਹੋਣਗੇ ਜਨਾਬ ਤੁਸੀਂ ਵੱਡੇ ਹੋ ਮੈਨੂੰ ਪਤਾ ਖੜ ਜਾ ਗੱਲ ਕਰ ਜਨਾਬ ਮੇਰੀ ਗੱਲ ਸੁਣ ਮੈਂ ਤੁਹਾਡੇ ਪੈਰ ਫੜ ਮੈਂ ਮੇਰੀ ਗੱਲ ਸੁਣ ਲਈ ਮੈਂ ਚੱਲੂ ਤੁਹਾਡੇ ਨਾਲ ਜੀ ਮੈਂ ਮੂਹਰੇ ਬਹਿ ਕੇ ਜਾਊਂ ਕੋਈ ਗੱਲ ਨੀ ਖੜ ਜਾ ਬਾਈ ਬਾਈ ਬਣ ਕੇ ਮੈਂ ਮੇਰੇ ਜਵਾਕ ਨਾਲ ਗੱਲ ਕਰ ਇੱਕ ਜਵਾਕ ਨਾਲ ਗੱਲ ਕਰ ਓਏ ਤੇਰੀ ਗੱਲ ਤੈਨੂੰ ਪਹਿਲਾਂ ਵੀ ਗੱਲ ਕਰਾਈ ਸੀ ਤੂੰ ਕੰਨ ਟੱਪ ਚੱਲਿਆ ਸੀਗਾ ਨਹੀਂ ਹੁਣ ਨਹੀਂ ਟੱਪਦਾ ਚਾਹੇ ਫੜ ਕੇ ਰੱਖ ਓਏ ਦੀ ਬਾਹ ਫੜ ਹੁਣ ਮੈਂ ਕਿੱਥੇ ਜਾਊਂ ਮੜਾ ਮੁੰਡੇ ਨੂੰ ਮਿਲ ਬਾਹ ਨਾ ਛੱਡੀ ਬੁਲਾ ਦੇ ਛੱਡਦਾ ਹੀ ਨਹੀਂ ਮੜਾ ਜੱਫੀ ਤਾਂ ਪਾ ਲੈਣ ਦੇ ਮੈਂ ਪਾਉਣਾ ਜੱਫਾ ਤੇ ਓਏ ਇਹਨੂੰ ਅੰਦਰ ਅੰਦਰ ਹੋ ਉਧਰ ਬਸ ਖੜਾ ਕਿਵੇਂ ਪਊ ਖੜਾ ਉਧਰ ਘੇਰਾ ਪਾ ਕੇ ਮਿਲਾ ਇਹਨੂੰ ਇੱਕ ਐ ਮਿਲਿਆ ਚਲ ਮਿਲਾ ਮਿਲ ਮਿਲ ਲਾ ਪੁੱਤ ਮੈਨੂੰ ਇਹਨੂੰ ਮਿਲ ਲੈ ਚੰਗਾ ਜਾਂਦੀ ਬਾਹਰ ਗਰਜਾ ਇੱਕ ਤੈਨੂੰ ਚੀਜ਼ ਦਿੰਦਾ ਪੁੱਤ ਜਾ ਅੰਬ ਚੂਪ ਕੇ ਪੁੱਤ ਗੂਥਲੀ ਦੱਬ ਨੀ ਵੇੜੇ ਚ ਮੈਨੂੰ ਗੱਲ ਕਰ ਮੇਰੇ ਮੁੰਡੇ ਨਾਲ ਜਾਂਦੀ ਬਾਹਰ ਦੀ ਗੱਲ ਅੰਬ ਪੁੱਤ ਹਰਾ ਕਰਕੇ ਪੋਤੇ ਪੋਤੀਆਂ ਨੂੰ ਖਵਾਇਆ ਕਰੀ ਵੀ ਤੁਹਾਡਾ ਦਾਦਾ ਜੇਲ੍ਹ ਚ ਜਾਣ ਵੇਲੇ ਮੈਨੂੰ ਅੰਬ ਦੇ ਕੇ ਗਿਆ ਕੋਈ ਨੀ ਗੱਲ ਸੁਣ ਸ਼ੇਰ ਨੀ ਹੈ ਸ਼ੇਰ ਹੁਣ ਆ ਗਿਆ ਤੇਰਾ ਕਿਸੇ ਤੋਂ ਡਰ ਕੇ ਨਾ ਰਹੀ ਤੈਨੂੰ ਲੰਗੜਾ ਖੋਲੋ ਜੀ ਚੱਲ ਬੈਠ ਕੇ ਚੱਲ ਬੈਠ ਗਿਆ
ਸ਼ੀਸ਼ਾ ਤੇ ਲਾ ਲੋ ਗਰਮੀ ਆਉਂਦੀ ਇਹਨੂੰ ਲਾਉਣੇ ਏਸੀ ਤੇਰਾ ਇੱਥੇ ਚੱਲ ਮੋੜ ਗੱਡੀ ਮੋੜ ਮੋੜ ਫੜ ਕੇ ਬਿਠਾ ਇਹਨੂੰ ਓਏ ਪੱਟੇ ਗਏ ਵੇ ਹੁਣ ਕੀ ਬਣੂਗਾ ਕੋਈ ਨਾ ਚਾਹ ਡੰਡੇ ਖਾ ਕੇ ਲੋਟ ਹੋਜੂਗਾ ਰਾਤ ਦੇਖ ਲੈ ਕਿਵੇਂ ਕੁੱਕਾ ਮਾਰਦਾ ਦੀ ਹੋਏ ਬੇੜੀ ਬੈਠੀ ਆੜਾ ਵੇ ਤੇਰਾ ਪਿਓ ਆਹੋ ਸ਼ਰਮ ਕਰ ਲੈ ਮਾੜੀ ਮੋਟੀ ਕਿਵੇਂ ਭੌਂਕਦਾ ਹੈਗਾ ਕੋਈ ਨਾ ਉਹਨਾਂ ਹੱਥਾਂ ਨੂੰ ਵਾਪਸ ਮੁੜ ਆਊਗਾ ਮੁੜ ਆਊ ਵਾਪਸ ਨਾਨਕੀ ਗਿਆ ਗਾ ਉਹ ਨਾਨਕੀ ਮੈਨੂੰ ਤਾਂ ਆਈ ਜਾਂਦਾ ਵੇ ਕਿਵੇਂ ਕੁੱਟ ਕੁੱਟ ਕੇ ਪਸ਼ੂਆਂ ਵਾਂਗੂ ਲੈ ਕੇ ਗਏ ਆ ਵੇ ਉਹਨੂੰ ਬੇੜੀ ਬੈਠੀ ਆਲਾ ਅੱਗੋਂ ਕਹਿੰਦਾ ਹੁਣ ਮੁੜ ਆਊਗਾ ਵੇ ਉਹ ਤਾਂ ਤੈਨੂੰ ਕਿੰਨੇ ਪਿਆਰ ਨਾਲ ਅੰਬ ਦੇ ਕੇ ਗਿਆ ਵੇ ਐਂ ਕਰੀ ਹੁਣ ਅੰਬ ਲਾ ਦੀ ਚੰਗਾ ਚੰਗਾ ਹੋਰ ਹੁਣ ਯਾਦ ਰਹੇ ਜੂ ਤੇਰੇ ਪਿਓ ਦੀ ਦੇਖੂ ਕੱਲੇ ਕੱਲੇ ਨੂੰ ਕਿਹੜੇ ਨੇ ਚਕਵਾਇਆ ਕੱਲੇ ਕੱਲੇ ਨੂੰ ਦੇਖੂ ਮੈਨੂੰ ਪਤਾ ਤੇ ਮੈਨੂੰ ਵੀ ਨੇ ਚਕਵਾਇਆ ਮੈਨੂੰ ਓਏ ਇਹਨੂੰ ਵੀ ਨੇ ਚਕਵਾਇਆ ਬੈਠਾ ਬੈਠ ਬੈਠ ਬੰਦਿਆ ਮੰਗੂ ਪਹਿਲਾਂ ਨਹੀਂ ਘੋਟਾ ਲਾਉਣ ਜਾਣਦੇ ਸੀ ਹਾਏ ਵੀ ਸਾਹ ਬਾਦਰ ਆ ਕੇ ਚੁੱਪ ਬੈਠੇ ਇੱਕ ਨਹੀਂ ਤੈਨੂੰ ਬੰਦਾ ਬਣਾ ਆਂਦੇ ਹਾਏ 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 ਕੁੱਟਿਆ ਹਾਏ ਜਨਾਬ ਮੈਨੂੰ ਮੂਰੇ ਬਿਠਾਓ ਮੈਨੂੰ ਉਲਟੀ ਆਉਂਦੀ ਆ ਮਾਂਗਰ ਮੈਨੂੰ ਮਾਂਗਰ ਕਮੇੜ ਚੜਦੀ ਆ ਜੀ ਜਨਾਬ ਇਹਨੂੰ ਦਿਓ ਫੜ ਕੇ ਬਿਠਾਓ ਹਾਏ ਮੈਨੂੰ ਮਾਂਗਰ ਕੀ ਕਰਦੀ ਮਾਂਗਰ ਕਮੇੜ ਚੜਦੀ ਆ ਜੀ ਮੈਨੂੰ ਮੂਰੇ ਲੈ ਜਾ ਬਿਠਾ ਕੇ ਆ ਕਿੰਨੇ ਦਿਨ ਹੋ ਗਏ ਤੈਨੂੰ ਕਹਿੰਦੀ ਨੂੰ ਵੀ ਭਾਈ ਇੱਥੋਂ ਸਮਾਰ ਦੇ ਕੋਈ ਸਾਰਾ ਨਹੀਂ ਹੈਗਾ ਕਾਕੇ ਜਰ ਮੈਂ ਮਰ ਜਾ ਹੈ ਵੇ ਨਾ ਮੈਨੂੰ ਐ ਦੱਸ ਫੜ ਦੀ ਵੱਡੇ ਹੱਥ ਮੈਨੂੰ ਬਚਾ ਲੋ ਕਾਕੇ ਓਏ ਮਾਰੇ ਗਿਆ ਉਹ ਮੈਂ ਤਾਂ ਤੂੰ ਕਿਧਰੋਂ ਆ ਗਿਆ ਨਾ ਮੈਨੂੰ ਐਂ ਦੱਸ ਤੂੰ ਹੋਰ ਗੱਲਾਂ ਦਾ ਛੱਡ ਕਿੱਥੇ ਮਰਿਆ ਤੇ ਤੂੰ ਬੇ ਸਾਰੇ ਜਹਾਨ ਤੇ ਭਾਲ ਲੈ ਕਿਤੇ ਨਹੀਂ ਥਿਆ ਤੂੰ ਅੱਜ ਕਿੱਥੋਂ ਟੱਪਕ ਗਿਆ ਮੈਨੂੰ ਨਹੀਂ ਪਤਾ ਕੀ ਹੋ ਗਿਆ ਮੈਂ ਤਾਂ ਬਾਲੀ ਵੱਡੀ ਬੇਵਤਾ ਚੋਂ ਨਿਕਲ ਗਿਆ ਪੈਣ ਜੀ ਮੈਨੂੰ ਬਚਾ ਲੋ ਆ ਬੰਨੇ ਛੋਡੇ ਮੋਰੇ ਆ ਤਾਂ ਛੋਡੇ ਰੱਖਣ ਦਾ ਮੈਂ ਤਾਂ ਬੇ ਤੂੰ ਕਿੱਥੇ ਬੇਵਤਾ ਚ ਬੇਵਤਾ ਤਾਂ ਸਾਨੂੰ ਪਾ ਤਾ ਮਾਰ ਮਾਰ ਕੇ ਪੁਲਿਸ ਨੇ ਗੇੜੇ ਦੇਖ ਲਾ ਘਰ ਨੀਵਾ ਕਰਤਾ ਕਦੇ ਉਰੇ ਕਦੇ ਨਮੋੜ ਕਦੇ ਇੱਥੇ ਉਹੀ ਤਾਂ ਗੱਲ ਕਰਦਾ ਪੁਲਿਸ ਮੇਰੇ ਪਿੱਛੇ ਲੱਗੀ ਫਿਰਦੀ ਆ ਮੈਨੂੰ ਐ ਸਮਝ ਨਹੀਂ ਆ ਰਹੀ ਵੀ ਮੈਂ ਕਿਸੇ ਦਾ ਮਾੜਾ ਕੀ ਕਰਤਾ ਨਹੀਂ ਆਈ ਨਹੀਂ ਦੱਸਿਆ ਤੈਨੂੰ ਵੀ ਕਿਸੇ ਨੇ ਵੀ ਕਾਹਦਾ ਕੇਸ ਪਿਆ ਤੇਰੇ ਤੇ ਕੇਸ ਮੈਨੂੰ ਕਹਿੰਦੇ ਆ ਕਿ ਨਾਜਰ ਤਾਂ ਤੀਵੀਆਂ ਚੱਕ ਚੱਕ ਵੇਚਦਾ ਲੈ ਦੱਸੋ ਉਹ ਮੈਂ ਮਰ ਜਾ ਇਹ ਕੰਮ ਵੀ ਲੱਗ ਗਿਆ ਤੂੰ ਕਰਨਾ ਉਹ ਨਹੀਂ ਦੀਦੀ ਸਾਨੂੰ ਪਤਾ ਨਹੀਂ ਹੈਗਾ ਮੇਰੇ ਬਾਰੇ ਤੇ ਪਤਾ ਤਾਂ ਹੀ ਕਹਿਣੀ ਆ ਵੀ ਤੂੰ ਇਹ ਕੰਮ ਵੀ ਲੱਗ ਗਿਆ ਕਰਨਾ ਸ਼ੁਕਰ ਹੈ ਮਾਲਕ ਦਾ ਤੇਰੇ ਮੂੰਹ ਚ ਦੀਦੀ ਤਾਂ ਨਿਕਲਿਆ ਉਹੀ ਤਾਂ ਗੱਲ ਹੈ ਤੁਸੀਂ ਵੀ ਮੇਰੇ ਬਾਤ ਪੈ ਗਏ ਮੈਨੂੰ ਐ ਸਮਝ ਨਹੀਂ ਆ ਰਹੀ ਵੀ ਇਹ ਕੇਸ ਮੇਰੇ ਤੇ ਕਰਿਆ ਕੀ ਨੇ ਆ ਮੈਂ ਤਾਂ ਤੁਹਾਡੇ ਤੋਂ ਐ ਪੁੱਛਣ ਆਇਆਗਾ ਨਹੀਂ ਤੈਨੂੰ ਕਿਸੇ ਤੇ ਸ਼ੱਕ ਹੈਗਾ ਪਹਿਲਾਂ ਤੂੰ ਮੈਨੂੰ ਐ ਦੱਸ ਸ਼ੱਕ ਤਾਂ ਮੈਨੂੰ ਹੈਗਾ ਇੱਕ ਦੋ ਜਣਿਆਂ ਤੇ ਕਿਤੇ ਇੱਕ ਤਾਂ ਮੈਨੂੰ ਲਾਭੋ ਤੇ ਉੱਥੋਂ ਹੈਗੀ ਨਮੋੜ ਤੋਂ ਹੋ ਹਾਂ ਜਨਾਨੀ ਜੀ ਹੈਗੀ ਭਾਰੀ ਜੀ ਤੇ ਇੱਕ ਸਮਝ ਜੀਤੋ ਤੇ ਆ ਮੇਰੀ ਗੱਲ ਸੁਣ ਜੀਤੋ ਨੇ ਤਾਂ ਦੇਖਤਾ ਤੇ ਹੁਣ ਕੁਛ ਨਹੀਂ ਲੈਣਾ ਦੇਣਾ ਤੇਰੇ ਨਾਲ ਜੀਤੋ ਦਾ ਕੋਈ ਲਾਗਾ ਦੇਗਾ ਨਹੀਂ ਮੈਨੂੰ ਐ ਲੱਗਦਾ ਜਿਹੜਾ ਦੂਜੀ ਦਾ ਨਾਂ ਲੈਣਾ ਕੀ ਨਾਂ ਤੀ ਉਹਦਾ ਉਹਦਾ ਕੰਮ ਹਾਂ ਉਹਦਾ ਕੰਮ ਹੋ ਸਕਦਾ ਹੈਗਾ ਮੈਂ ਉਹਦਾ ਮਾੜਾ ਕੀ ਕਰਤਾ ਲੈ ਦੇਖ ਲੈ ਮੇਰੇ ਪਿੱਛੇ ਪੁਲਿਸ ਭੱਜੀ ਫਿਰਦੀ ਆ ਮੈਂ ਤਾਂ ਮਸਾ ਅੱਖ ਬਚਾ ਕੇ ਨਿਕਲਿਆ ਉਹਦਾ ਭਾਈ ਮੈਂ ਚਲਾਕ ਵਾਲਾ ਸੀ ਚਲਾਕ ਤਾਂ ਹੈਗਾ ਤੀ ਪਹਿਲਾਂ ਕਰੀ ਹੋਣੀ ਕੋਈ ਕਾਰਸਤਾਨੀ ਤਾਂ ਹੀ ਹੁਣ ਪੁਲਿਸ ਪਿੱਛੇ ਲੱਗੀ ਫਿਰਦੀ ਆ ਮੇਰੀ ਗੱਲ ਸੁਣ ਮੇਰੀ ਗੱਲ ਧਿਆਨ ਨਾਲ ਸੁਣ ਲੈ ਨਾ ਤਾਂ ਦੇਖ ਤੂੰ ਜਾਈ ਨਮੋਲ ਮੈਂ ਉੱਥੋਂ ਜਾ ਕੇ ਆਈ ਆਂਗੀ
ਉੱਥੇ ਵੀ ਜੇ ਗੇੜਾ ਮਾਰੇਗਾ ਕਿਸੇ ਨੇ ਖਬਰ ਕਰਤੀ ਨਾ ਵੀ ਨਾਜਰ ਉਰੇ ਫਿਰਦਾ, ਉਹਦੀ ਲੈ ਜਾਣਗੇ ਪੁਲਿਸ ਵਾਲੇ ਚੱਕ ਕੇ। ਤੇਰੀ ਜ਼ਮਾਨਤ ਕਿਸੇ ਨੇ ਨਹੀਂ ਕਰਾਉਣੀ, ਇੰਨੇ ਪਟੇ ਲਾਉਣਗੇ, ਇੰਨੇ ਪਟੇ ਲਾਉਣਗੇ, ਦੇਖ ਲੈ ਫਿਰ ਗਿਣੇ ਨਹੀਂ ਜਾਣੇ। ਮੈਂ ਕਰਾਉਂਗਾ ਜ਼ਮਾਨਤ। ਫਿਰ ਮੈਨੂੰ ਐ ਲੱਗਦਾ ਵੀ ਇਹ ਕੰਮ ਲਾਭੋ ਦਾ ਹੀ ਆ ਜਿਹੜਾ ਨਮੋਲ ਪੁਲਿਸ ਗੇੜੇ ਮਾਰਦੀ ਆ। ਸਾਰਿਆਂ ਦਾ ਨੌਂ ਧਰਤਾ ਲੈ, ਇੱਥੇ ਮੇਰਾ ਵੀ ਨੌਂ ਧਰਤਾ। ਅੱਗੇ ਨਾਜਰ ਇਹਨੇ ਗਾਇਬ ਕਰਿਆ, ਲੈ ਗਾਇਬ ਕਰਨ ਨੂੰ ਤੂੰ ਕੋਈ ਸੂਈ ਸਲਾਈ ਹੈ? ਗਾਇਬ ਕਰਿਆ? ਹਾਂ, ਮੇਰੀ ਗੱਲ ਸੁਣ, ਇੱਕ ਦੋ ਦਿਨ ਜਦੋਂ ਤੇਰਾ ਇਧਰੋਂ ਨਿਬੜ ਨਿਬੜਿਆ ਹੋ ਗਿਆ ਨਾ ਬਾਈ, ਮਣ ਕੇ ਫੇਰ ਆ ਜੀ। ਤੂੰ ਜਾਣਦੇ ਨਹੀਂ ਮੈਨੂੰ ਵੀ ਪੁਲਿਸ ਵਾਲੇ ਚੱਕ ਕੇ ਲੈ ਜਾਣਗੇ। ਮੇਰਾ ਨਿਬੜ ਨਿਬੜਿਆ ਕਰਾਉ ਕਿਹੜਾ ਕੰਜਰਾ, ਗੱਲ ਤਾਂ ਉਹੀ ਕਰਦਾ ਮੈਂ, ਕਿਹਨੂੰ ਲੈ ਕੇ ਜਾਵਾਂ? ਮੇਰੀ ਗੱਲ ਸੁਣ, ਤੇਰੀ ਬਾਹਰ ਦੀ ਗੱਲ ਜਮਾਨਤ ਕਰਾ ਲਾਂਗੇ। ਓ ਯਾਰ, ਆ ਬੰਦੇ ਤੇਰੇ ਦੇ ਹੱਥੋਂ ਗੱਲ ਵੀ ਨਹੀਂ ਸੁਣਦੇ ਨਾ। ਮੈਂ ਤੈਨੂੰ ਆਏ ਕਹਿੰਦੀ ਆ ਨਾਜਰਾ, ਤੂੰ ਲੰਘ ਜਾ ਕਿਸੇ ਪਾਸੇ, ਤੇਰੀ ਬਾਹਰ ਦੀ ਬਾਹਰ ਜਮਾਨਤ ਕਰਾ ਲਾਂਗੇ। ਜੇ ਵਗ ਜਾ, ਜੇ ਪੁਲਿਸ ਦੇ ਹੱਥ ਲੱਗੇ ਤੇਰੀ ਜਮਾਨਤ ਨਹੀਂ ਹੋਣੀ। ਹੁਣ ਸੋਚੀ ਜਾ ਇੱਥੇ ਖੜਿਆ। ਜਿਹੜਾ ਬੰਦਾ ਅਗਲਾ ਨੌ ਲਿਖਿਆ ਕਿ ਉਠਾਣੀ ਚ, ਝੂਠਾ ਲਿਖਿਆ ਵੀ ਸੀ, ਸੱਚਾ ਲਿਖਿਆ ਵੀ, ਅਗਲਾ ਤਾਂ ਫਿਰ ਲਿਖਿਆ ਕਿ ਨਾ ਚੱਜ ਕਰਿਆ ਕਰੋ। ਜੇ ਵਗ ਜਾ ਹੁਣ ਇੱਥੋਂ ਕਿ ਕੋਈ ਆ ਜੂਗਾ ਤੂੰ ਪਹਿਲਾਂ, ਜੇ ਵਗ ਜਾ ਕੀ ਬਣੂਗਾ ਬੇ ਤੇਰਾ ਬੇ? ਤੂੰ ਜਾਣਦੇ ਘੱਟੋ ਘੱਟ ਇਹਨੂੰ ਪਾਣੀ ਦਾ ਗਲਾਸ ਤਾਂ ਪਿਆ ਆਂਦਾ। ਉਹ ਤਾਂ ਮੈਨੂੰ ਪੁੱਛਲਾ, ਉਹ ਤਾਂ ਰੱਜਿਆ ਹੋਇਆ ਸੀ, ਉਹ ਭੁੱਖ ਨਹੀਂ ਕੱਟ ਸਕਦਾ। ਬੇ ਚੱਲ ਕੋਈ ਨਾ, ਚਾਹੇ ਰੱਜਿਆ ਸੀ ਜੇ ਭੁੱਖਾ ਸੀ, ਉਹ ਤਾਂ ਜਿਵੇਂ ਆਇਆ ਸੀ ਲੰਘ ਗਾ ਮੈਂ, ਤੇ ਆਹ ਖੁਰਚ ਦੇ ਫਟਾਫਟ ਉਈ ਨਾ ਇੱਥੇ ਬਰੇ ਲਾ ਦੀ। ਇਹਦਾ ਤਾਂ ਮੈਂ ਖੁਰਚ ਦੂੰਗਾ, ਮੈਨੂੰ ਚਾਹ ਬਣਾ ਕੇ ਦੇ। ਬਣਾਉਣੀ ਆ ਜਣ ਦੀ ਪੂਰੀ ਬੰਨ ਰੱਖੀ ਆ, ਬਿੰਦਕ ਮੰਗਰੋ ਕਹਿ ਦੂੰ ਚਾਹ ਬਣਾ ਦੇ, ਚਾਹ ਬਣਾ ਦੇ। 5 ਕਿਲੋ ਤੇ ਲੈ ਕੇ ਇੱਥੇ ਧੜਕੇ ਮੈਂ, ਫਿਰ ਤੇਰੇ ਵਾਸਤੇ ਨਹੀਂ ਹੈਗਾ, ਹੋਰ ਵੀ ਘਰ ਚ ਇੱਕ ਦੋ ਜੀ ਹੈਗੇ ਨੇ। ਕੱਲੀ ਆ ਤੂੰ? ਫਿਰ ਮੈਂ ਨਹੀਂ ਪੀ ਸਕਦੀ, ਤੇਰੇ ਜਾਦੇ ਮੂੰਹ ਲੱਗਿਆ। ਵੇ ਤੇਰੇ ਨਾਲ ਕੌਣ ਦਿਮਾਗ ਮਾਰੇ ਬੁੱਝੜ ਨਾਲ। ਵਗ ਜਾ ਤਾਈ ਹੁਣ। ਮੱਕੀ ਤਾਂ ਬਣ ਗਈ ਹੁਣ ਪੂਰੀ, ਹੈ ਮੱਕੀ ਤਾਂ ਚੜ ਗਈ ਵਾਹਾਂ ਪੂਰੀ, ਜਮਾ ਉਹਦਾ ਦਾਣੇ ਤੇ ਕੰਮ ਜਮੀ। ਮੇਰੀ ਗੱਲ ਹੋਰ ਸੁਣ ਲੈ, ਜਿੱਦੇ ਚਾਰ ਪਾਵਾਂਗੇ ਆਪਾਂ, ਹਾਂ ਤੈ ਅੱਖ ਬਚਾ ਕੇ ਚਾਰ ਪੰਡਾਵਰਾ ਪੂਰਾ ਕਰਦੇ ਨੇ ਆਪਾਂ। ਰਾਣੀ ਨੂੰ ਜਮਾਨਤ ਦਿੱਤੀ ਹੋਈ ਆ ਵੀ ਤੈਨੂੰ ਚਾਰ ਪੰਡਾ ਦੇਵਾਂਗੇ ਚਾਰ ਚੋਂ। ਠੀਕ ਆ, ਹੋਰ ਮੈਨੂੰ ਸਾਰਾ ਜਿਹਨਾਂ ਦਾ ਦੇਣ ਲੈਣਾ ਮੈਨੂੰ ਕਾਪੀ ਤੇ ਨੋਟ ਕਰਾ ਦੇ, ਕਿਉਂ ਆਇਆ ਲਾਂਬਾ ਰਹਿ ਜੂ ਮੁੰਡੇ ਨੂੰ ਕਿੱਥੇ ਤੋਰੇਗਾ ਜਦੋਂ ਚਾਰ ਪਾਏਗਾ। ਇੱਕ ਗੱਲ ਹੋਰ, ਸੰਦੀਪ ਰੋਰਾ ਪਰਾ ਮਾਫੀ ਕਰ ਦੂੰ ਉਹਨੂੰ, ਠੰਡਾ ਲੈਣ ਤੋਰ ਦਾ ਕੇ ਪਿੰਡ। ਬਸ ਆ ਹੋ ਜਾਂਦੇ ਤੇ ਚਾਰ ਹੋ ਜਾਣਗੀਆਂ। ਹੋਰ ਹੁਣ ਚਾਰ ਪੰਡਾ ਬਸ ਤੈਨੂੰ ਮੈਂ ਪੱਲੀ ਆ ਲਿਆ, ਤੂੰ ਚਾਰ ਪੰਡਾ ਬਣ ਕੇ ਅੱਡ ਰੱਖ ਦੀ। ਗੁੱਲ ਬਣ ਨਹੀਂ ਰਿਹਾ, ਇਹ ਗੁੱਲ ਤਾਂ ਬਣ ਗਿਆ। ਆ ਕੀ ਹੋ ਗਿਆ? ਕੰਮ ਤਾਂ ਉਹੀ ਹੋ ਗਿਆ ਜਿਹੜਾ ਨਹੀਂ ਹੋਣਾ ਸੀ। ਕੌਣ ਮਰ ਗਿਆ? ਕੰਮ ਤੁਸੀਂ ਨਹੀਂ ਕਰਨਾ ਸੀ, ਉਹ ਸੀਰੀ ਨੇ ਕਰਤਾ। ਕੀ ਹੋ ਗਿਆ ਤੇਰੀ ਬੀਬੀ ਨੂੰ? ਤੇਰੀ ਬੀਬੀ ਨੂੰ ਕੀ ਹੋਣਾ? ਹਾਂ ਉਹ ਸੀਰੀ ਚੱਕ ਲਿਆ ਪੁਲਿਸ ਨੇ, ਉਹਦਾ ਪਤਾ ਲੈ ਲਓ। ਚੱਕ ਓਏ, ਪੁਲਿਸ ਨੇ ਚੱਕ ਲਿਆ, ਇਹਦਾ ਹੀ ਚਗਾਉਣਾ ਪਤਾ ਲੱਗਿਆ ਮੈਨੂੰ। ਵਧੀਆ, ਫੋਨ ਆਇਆ ਮੇਰੇ ਕੋਲੇ ਕਹਿੰਦਾ ਚੱਕੀ ਜਾਂਦੇ ਤੀ ਵਰਨਾ ਗੱਡੀ ਚ ਉਹਨੂੰ। ਲੱਖਾਂ ਰੁਪਇਆ ਤਾਂ ਹੁਣ ਪੁਲਿਸ ਖਾ ਜੂ, ਮੁਕੱਦਮੇ ਚ ਕੀ ਹੁੰਦਾ ਹੁੰਦਾ ਬਾਈ, ਲੱਗਦਾ ਹੁੰਦਾ ਬਦਨਾਮੀ ਹੁੰਦੀ ਆ, ਭੁਗਤਣਗੇ ਕਹਿੰਦਾ ਜਿਹਨੇ ਸਿਰ ਚੜਾਇਆ ਸੀ।
ਨਾਲ ਹੀ ਤੂੰ ਹੈ ਵਿੱਚ, ਤੂੰ ਹੈ ਕੁੱਤਿਆ ਵਿੱਚ, ਤੂੰ ਹੈ ਸਾਰਾ ਪਤਾ ਆਉਂਦਾ ਪੁਲਿਸ ਲੈ ਜਾਂਦੀ। ਹੋਰ ਟੱਬਰ ਦਾ ਲੈ ਜਾ, ਬੰਨੀ ਦਾ ਮਰ ਜਾਂਗੇ। ਸੌਂ ਦੁਬਾਰਾ ਮਰਦਾ ਕਦੇ ਮਾੜੀ ਚੰਗੀ ਨੀ ਕਹੀ। ਬਾਈ ਮੇਰੀ ਗੱਲ ਸੁਣ ਲਓ, ਆਪਾਂ ਤਾਂ ਲੰਘਦੇ ਹਾਂ ਕਿਸੇ ਪਾਸੇ ਟਰਦੇ ਹਾਂ ਬਾਈ, ਇਹ ਤਾਂ ਉਈ ਵੜ ਦੂ। ਆਪਾਂ ਆਏ ਨਾ ਕਰੋ ਕੱਜਰ ਤੋਂ, ਵਕਤ ਪੈ ਗਿਆ, ਆਏ ਨਾ ਕਰੋ। ਆਪਾਂ ਵਕਤ ਤੁਸੀਂ ਆਪਦੇ ਆਪ ਪਾਇਆ, ਵਕਤ ਪਾਉਣ ਨੂੰ ਥੋਂ ਕਰਤਾ ਤੁਸੀਂ ਆਪਦੇ ਆਪ। ਆਪਾਂ ਇਹ ਦੇਖੋ ਵੀ ਕਾਚ ਤਾਂ ਉਹ ਚੱਕ ਲਿਆ, ਕਿਹਨੂੰ ਲਾ ਲਿਆ ਫੋਨ ਜਾਂ ਮੇਰਾ ਫੋਨ, ਕਿਹਨੂੰ ਲਾ ਲਿਆ? ਹੋਮ ਗਾਰਡ ਆ ਮੇਰੇ ਕੋਲ, ਸਾਰਾ ਹੋਮ ਗਾਰਡ ਦਾ। ਹੋਮ ਗਾਰਡ ਨੂੰ ਕੌਣ ਪੁੱਛੂ ਤੋਏ? ਸਬਾਰਸ਼ ਸਬਾਰਸ਼ ਐ ਮਰੂ ਥਾਪੜਾ ਸਾਲਾ ਸਬਾਰਸ਼ ਦਾ। ਫੋਨ ਦੇ ਦੇ ਜਾ ਤੂੰ ਮੇਰਾ, ਸਮਾਂ ਵੱਧ ਪੈਸੇ ਲਾਉਣਗੇ ਹੋ ਜਿੰਨਾ ਫੋਨ ਜਾ ਕਰਾਏਗਾ ਉਹਨਾਂ ਨੂੰ। ਉਹ ਤਾਂ ਹੈਲੋ ਰਫੀ, ਹਾਂ ਠੀਕ ਹੈ, ਇੱਥੇ ਡਿਊਟੀ ਤੇਰੀ ਇੱਥੇ ਹੈ ਹੈਂ? ਉਹ ਤੈਨੂੰ ਇਹੋ ਜਿਹੇ ਨੂੰ ਕੰਮ ਤੇ ਟਾਈਮ ਤੇ ਕੰਮ ਨਾ ਹੀ ਤੂੰ, ਉਹਦਾ ਕੰਮ ਤੇ ਥੋੜਾ ਜਿਹਾ ਚਲਾਇਆ ਵੀ ਹੋਮ ਗਾਰਡ ਦੀ ਸਿਫਾਰਿਸ਼ ਵੱਡੀ ਹੁੰਦੀ ਹੈ ਸਮਝ। ਅੜ ਗਿਆ ਜਮਾ ਹੈ, ਕੰਮ ਤਾਂ ਅੜ ਗਿਆ ਜੀ ਜਮਾ। ਹਾਂ ਉਹਦਾ ਦਾਰੂ ਪੀਤੀ ਹੋਈ ਯਾਰ, ਉਹ ਬਦਲੀ ਹੋ ਗਈ। ਚੱਲ ਠੀਕ ਆ, ਚੰਗਾ ਫਿਰ, ਬਸ ਜਿੱਧਰ ਗਿਆ ਪਾਣੀ ਉੱਧਰ ਗਿਆ, ਬਾਜ਼ਾਰ ਲੋੜ ਹੀ ਨਹੀਂ, ਬਸ ਫਿਰ ਤਾਂ ਮਿੱਟੀ ਪਾ ਦੇ ਗੱਲ ਤੇ। ਇਹਦਾ ਕਹਿੰਦਾ ਬਦਲੀ ਹੋ ਗਈ, ਨਹੀਂ ਕੰਮ ਪਹਿਲੇ ਆਧਾਰ ਤੇ ਕੀ ਆਪਣਾ। ਅੱਛਾ ਜੀ, ਕੰਮ ਇਹ ਕਰਾ ਦਿੰਦਾ ਪਰ ਇਹਦੀ ਬਦਲੀ ਹੋ ਗਈ। ਗੱਲ ਤਾਂ ਇਹ ਹੋ ਗਈ ਨਾ ਵੀ ਚੱਕ ਕੱਟ ਗਿਆ ਮੇਰੇ ਸਾਲ ਦਾ, ਭਗਤ ਪੈ ਗਿਆ ਇਹ ਚ, ਹੁਣ ਔਖਾ ਹੋ ਜਾਂਦਾ ਹੋਰ ਤਾਂ ਕੁਛ ਨਹੀਂ। ਸੰਦੀਪ ਇਹ ਮੈਨੂੰ ਐਂ ਕਿਉਂ ਕਹਿ ਗਿਆ ਵੀ ਮੇਰਾ ਨਾਂ ਲਓ ਯਾਰ, ਤੂੰ ਵੀ ਕਹਿਣਾ ਤੇਰਾ ਤਾਂ ਉਹ ਨਾ ਲਊ। ਪਤਾ ਗੱਲ ਕਿਆ, ਤੂੰ ਉਹਨੂੰ ਪੁੱਠਾ ਵਾਲਾ ਬੋਲਦਾ ਸੀ, ਤੂੰ ਕਹਿੰਦਾ ਬਣਾ ਕੇ ਰੱਖਦਾ ਤੇਰਾ ਨਾਂ ਤਾਂ ਲਊਗਾ ਅਗਲਾ। ਮੈਂ ਫਿਰ ਕਿੱਥੇ ਜਾਵਾਂ ਯਾਰ, ਜਾਣਾ ਤਾਂ ਉਹਨੂੰ ਤਾਂ, ਚੱਲ ਸੋਚ ਦਿਆ ਕੋਈ ਨਾ ਯਾਰ। ਮੈਂ ਤਾਂ ਫਿਰ ਹੋਰ ਕਹਿਣਾ ਜੀਤੇ ਕੋਲੇ ਜਾਣਾ ਵਾ ਕਠਾਲੇ। ਜੇ ਤਾਂ ਉਹਨੇ ਮੂੰਹ ਖੋਲਤਾ ਦਾਰੂ ਵਾਲਾ, ਫੇਰ ਤਾਂ ਆਪਾਂ ਆਪਣੇ ਤੇ ਕੋਈ ਗੱਲ ਨੀ, ਮੇਰੇ ਤੇ ਵਕਤ ਪੈਂਦਾ, ਮਾੜੇ ਤੇ ਪੈਂਦੀ ਆ ਗੱਲ, ਤਾਂ ਮਾੜੇ ਤੇ ਪੈਂਦੀ ਆ, ਜਿਹੜੀ ਪੈਂਦੀ ਆ ਮਾੜੇ ਤੇ ਪੈਂਦੀ ਆ। ਚਾਰ ਬੋਰੀਆਂ ਫੀੜਦੀਆਂ ਖਾ ਕੇ ਡੰਗਰ, ਮੈਨੂੰ ਐਂ ਦੱਸ ਹੈਂ ਆ ਦੁੱਧ ਕਿੱਥੋਂ ਮਿਲੂਗਾ ਯਾਰ, ਤਪਾ ਲੈਣਾ। ਅੰਬੋ ਅੰਬੋ ਨਹੀਂ, ਮੈਂ ਤਾਂ ਪੱਟੀ ਗਈ, ਮੇਰਾ ਤਾਂ ਕੀ ਹੋ ਗਿਆ, ਮੈਂ ਉਹਨੂੰ ਪੁਲਿਸ ਲੈ ਗਈ ਚੱਕ ਕੇ, ਅੰਬੋ ਜਿੰਦਰ ਨੂੰ ਪੁਲਿਸ ਲੈ ਗਈ ਚੱਕ ਕੇ, ਕੀ ਗੱਲ ਆ? ਸਾਡੇ ਤੇ ਤਾਂ ਸਾਰਾ ਬੇੜਾ ਲੱਗਦਾ, ਅਗਰ ਰਾਤ ਨਾ ਹੋ ਮਰਨਾ ਮੂਤ ਪੀ ਕੇ ਰੌਲਾ ਪਾਈ ਗਿਆ, ਗਾਲਾਂ ਕੱਢੀ ਗਿਆ ਬੇੜੇ ਵਾਲਿਆਂ ਨੂੰ, ਤੈਨੂੰ ਪਤਾ ਸਾਡੇ ਤੇ ਤਾਂ ਪਹਿਲੀ ਹੀ ਲੱਗਦੇ ਨੇ। ਕੋਈ ਨਾ ਤੂੰ ਫਿਕਰ ਨਾ ਕਰ, ਸੰਦੀਪ ਨੂੰ ਬਾਹਰੋਂ ਆ ਜਾਣ ਦੇ, ਮੈਂ ਭੇਜ ਦੂ ਥਾਣੇ 'ਚੋਂ ਲਿਆਵਾਂਗੇ। ਕਿੱਡੀ ਕੁ ਗੱਲ ਹੈ, ਦੁਨੀਆਂ ਨੂੰ ਪੁਲਿਸ ਫੜ ਲੈਂਦੀ ਹੈ, ਦੁਨੀਆਂ ਘਰੇ ਆਉਂਦੀ ਹੈ, ਐਵੇਂ ਤੂੰ ਕਿਆ ਰੋਈ ਜਾਂਦੀ ਹੈ? ਨਹੀਂ ਅੰਬੋ, ਪਸ਼ੂਆਂ ਵਾਂਗੂ ਕੁੱਟ ਕੇ ਲੈ ਕੇ ਗਏ ਨੇ, ਮੈਨੂੰ ਤਾਂ ਆਇਆ ਨੂੰ ਕੁੱਤੇ ਦਾ ਕਿਸੇ ਦਾ ਨਾਮ ਨਾ ਲਏ ਦੇ, ਪਰ ਐਂ ਤਾਂ ਮੈਂ ਸਮਝਾ ਕੇ ਭੇਜਿਆਗਾ, ਪਰ ਐਂ ਨਹੀਂ ਪਤਾ ਪਟੇ ਪੈਂਦਿਆਂ 'ਚ ਬੋਲ ਪਏ। ਬੂ ਮੈਂ ਮਰ ਜਾਵਾਂ, ਇੱਕਦਮ ਮਰ ਜਾਣੇ ਦੇ ਢਾਈ ਹੱਡੀਆਂ ਨੇ, ਉਹ ਨਹੀਂ ਤੋੜ ਦੇਣਗੇ ਪੁਲਿਸ ਵਾਲੇ, ਇੱਕ ਪਟਾ ਨਹੀਂ ਚੱਲਣਾ, ਪਤਾ ਨਹੀਂ ਕਿਉਂ ਪੰਗੇ ਲੈਂਦਾ ਸੱਚੀ। ਮੈਨੂੰ ਪਤਾ ਅੰਬੋ, ਸ਼ਿਕਾਇਤ ਤਾਂ ਕਿਸੇ ਸਾਡੇ ਵਿਹੜੇ ਵਾਲੇ ਨਹੀਂ ਕਰੀ ਆ, ਕਿਉਂਕਿ ਬਾਲਾ ਲੱਗਦੇ ਨੇ ਇਹਦੇ ਤੇ ਵੀ, ਪਤਾ ਵੱਡੇ ਵੱਡੇ ਮੋਟਰਸਾਈਕਲ ਗੱਡੀਆਂ ਆਉਂਦੀਆਂ ਨੇ, ਹੁਣ ਬਾਬੇ ਕੋਲ ਕੋਈ ਆਉਂਦਾ, ਪਹਿਲਾਂ ਸਾਡੇ ਘਰੇ ਆਉਂਦਾ ਵੀ ਸਾਨੂੰ ਦਾਰੂ ਪਿਆ।
ਕੋਈ ਨੀ ਤੂੰ ਫਿਕਰ ਨਾ ਕਰ, ਐਵੇਂ ਵੱਧ ਰੋਣ ਦੀ ਲੋੜ ਨਹੀਂ ਹੈਗੀ। ਮੈਂ ਉਹ ਬਿੰਦ 'ਚ ਛਡਾ ਲਿਆਵਾਂਗੇ, ਆਪਣੀ ਠਾਣੇ ਵਾਲਾ ਨਾਲ ਬਥੇਰੀ ਬਣਦੀ ਹੈ। ਤੇਰਾ ਬਾਬਾ ਬਿੰਦ 'ਚ ਜਾਊ, ਬਿੰਦ 'ਚ ਛਡਾ ਲਿਓ, ਤੈਨੂੰ ਸੋਚ ਕਾਹਦੀ ਹੈ? ਤੁਹਾਡੀ ਤਾਂ ਬਣਦੀ ਅੰਬੋ, ਸਾਡੇ ਵਿਹੜੇ 'ਚੋਂ ਵੀ ਠਾਣੇ 'ਚ ਕਿਸੇ ਦੀ ਪਿੱਠ ਲੱਗਦੀ ਹੈ। ਨਹੀਂ ਚੱਲੇ ਜਵਾਨ ਵਿਹੜੇ ਵਾਲੇ, ਬਿੰਦੇ ਵਿਹੜੇ ਵਾਲੇ, ਕੋਈ ਗੱਲ ਨਹੀਂ, ਵਿਹੜੇ ਵਾਲਿਆਂ ਨੂੰ ਵੀ ਦੇਖ ਲਾਂਗੇ। ਔਰ ਅੰਬੋ ਕੁਛ ਤਾਂ ਕਰਨਾ ਪਊ, ਨਹੀਂ ਮੈਂ ਤਾਂ ਘਰ ਪੱਟਿਆ ਗਿਆ, ਮੇਰੇ ਤਾਂ ਜਵਾਕ ਰੁਲ ਜਾਣਗੇ, ਮੈਂ ਕੀ ਕਰੂੰਗੀ? ਜਿੰਨਾ ਚਿਰ ਤੇਰਾ ਬਾਬਾ ਬੈਠਾ ਨਾ, ਹਾਂ ਸੰਦੀਪ ਬੈਠਾ, ਤੈਨੂੰ ਬਹੁਤਾ ਸੋਚ ਨਹੀਂ ਕਿਸੇ ਗੱਲ ਦੀ। ਕੋਈ ਨਹੀਂ ਆਪਾਂ ਲਿਆਵਾਂਗੇ, ਐਵੇਂ ਉਹੀ ਗੱਲ ਹੈ, ਹੁਣ ਜਿੰਨਾ ਘਰ ਵਾਲਿਆ ਉਨੀ ਕੁ ਤਾਂ ਉਹਨੇ ਕੁੱਟ ਖਾਣੀ ਹੈ, ਖਾਣੀ ਹੀ ਪਊ। ਆ ਠਾਣੇ ਵਾਲੇ ਹੁਣ ਤੈਨੂੰ ਪਤਾ ਹੀ ਆ ਕਿ ਨਾਨਕੀ ਤਾਂ ਫਿਰ ਲੈ ਕੇ ਨਹੀਂ ਜਾਂਦੇ ਹੁੰਦੇ, ਕੁੱਟਦੇ ਤਾਂ ਹੁੰਦੇ ਹੀ ਨੇ ਉਹ। ਅੰਬੋ ਕੁੱਟ ਕੁੱਟ ਕੇ ਕਣੀਸ ਕਣੀਸ ਕੇ ਲੈ ਕੇ ਗਏ, ਮੇਰੀ ਤਾਂ ਭੁੱਬ ਨਿਕਲ ਗਈ, ਤੈਨੂੰ ਕੀ ਦੱਸਾਂ ਮੈਂ, ਫਿਰ ਵੀ ਮੇਰੇ ਸਿਰ ਦਾ ਸਾਈ ਹੈ। ਮੈਂ ਮਰ ਜਾਣੇ ਨੇ ਇਹੋ ਜਿਹਾ ਕੀ ਕਾਰਾ ਕਰਤਾ ਜਿਹੜੇ ਪੁਲਿਸ ਕਣੀਸ ਕੇ ਲਏਗੀ? ਤੂੰ ਉਹ ਨਹੀਂ ਦੱਸਣਾ ਜਦੋਂ ਪੁਲਿਸ ਆਈ ਤੀ, ਅਸੀਂ ਉਹ ਨਹੀਂ ਜਾਂਦੇ, ਦੇਖਾ ਕੀ ਨਹੀਂ ਮਜਾਲਤੀ, ਉਹਨੂੰ ਕੋਈ ਕਣੀਸ ਕੇ ਲੈ ਜਾਂਦਾ। ਅੰਬੋ ਹੁਣ ਤਾਂ ਦੇਖੀ ਜਾਂਦਾ ਹੋਇਆ, ਮੇਰੇ ਤਾਂ ਬਲਾਈ ਦੁੱਖ ਹੋਇਆ। ਗਰਜਨ ਨੂੰ ਨਾ ਅੰਬ ਫੜਾ ਗਿਆ ਜਾਂਦਾ ਹੋਇਆ, ਕਹਿੰਦਾ ਖਾ ਕੇ ਇਹਦੀ ਗੜ ਗਿੜਕ ਲਾ ਦੀ, ਕਹਿੰਦਾ ਹਰੀ ਹੋ ਜੂਗੀ। ਮਰ ਜਾਣੇ ਆਪ ਤਾਂ ਤੂੰ ਸੁੱਕਿਆ ਪਿਆ, ਗਿੜਕਾਂ ਤੂੰ ਹਰੀਆਂ ਕਰਦਾ ਫਿਰਦਾ ਹੈ, ਹਾਂ ਸ਼ਰਮ ਹੈਗੀ ਹੈ ਪੱਲੇ, ਤੈਨੂੰ ਅੰਬਾਂ ਦੀ ਹੋ ਰਹੀ ਹੈ, ਤੈਨੂੰ ਉਹ ਕਿਹੜੀ ਸੀ ਜਾਂਦੇ ਨੇ। ਨਾਲੇ ਮੇਰੀ ਗੱਲ ਸੁਣ, ਘਬਰਾ ਨਾ ਵੀਰੋ, ਸਾਡੇ ਤਾਂ ਇਹ ਜਵਾਕ ਇਹ ਰੋਜ਼ ਹੀ ਹੁੰਦੇ ਰਹਿੰਦੇ ਨੇ, ਅਸੀਂ ਤਾਂ ਕੋਈ ਡਰਦੇ, ਤੇਰੇ ਬਾਬੇ ਨੇ ਤਾਂ ਠਾਣਾ ਨਾਨਕੇ ਬਣਾ ਰੱਖਿਆ, ਆ ਜਾਂਦਾ ਵਗ ਜਾਂਦਾ, ਆ ਜਾਂਦਾ ਵਗ ਜਾਂਦਾ। ਮੈਂ ਤਾਂ ਕਦੇ ਬੇਕਰੀ ਨਹੀਂ ਕਰਿਆ, ਕੋਈ ਗੱਲ ਨਾ ਬਾਤ ਜਿਹੜੀ ਪਿੱਛੇ ਦੂਰ ਹੋਈ ਜਾਂਦੀ ਹੈ। ਨਹੀਂ ਆਏ ਤਾਂ ਅੰਬਾ ਮੈਨੂੰ ਤੁਹਾਡਾ ਪਤਾ ਗਾ, ਹੁਣ ਤਾਂ ਬੈਲੀ ਹੋ ਪੂਰੇ, ਪਰ ਮੈਂ ਫਿਰ ਵੀ ਮੇਰਾ ਬੰਦਾ, ਮੈਨੂੰ ਤਾਂ ਦੁੱਖ ਹੁੰਦਾ ਹੀ ਹੈ। ਕੋਈ ਨਹੀਂ ਛਡਾ ਲਿਆਵਾਂਗੇ, ਤੂੰ ਚਾਹ ਪਾਣੀ ਪੀਣਾ ਪੀ ਲੈ, ਬਹਿ ਜਾ, ਦਮ ਲੈ ਲੈ, ਹੈ ਨਹੀਂ ਭਾਈ ਦੇਖੋ ਉਹੀ ਗੱਲ ਆਪਦੇ ਘਰ ਨੂੰ ਜਾ, ਇਹ ਗੱਲ ਦੀ ਸੋਚ ਨਾ ਕਰ, ਆ ਜਾਂਦੇ ਸੰਦੀਪ ਨੂੰ ਆਥਣ ਨੂੰ ਜਿੰਦਰ ਘਰੇ। ਚੱਲ ਚੰਗਾ ਅੰਬੋ, ਕਰ ਲਈ ਫਿਰ ਕੋਈ ਹੱਲ ਹੈ? ਤੂੰ ਬੇਸੋਚ ਰਿਹਾ, ਹੱਲ ਹੀ ਹੱਲ ਹੈ, ਲੈ ਚੱਲ ਮੈਂ ਚੱਲਦੀ ਅੰਬੋ, ਗਰਜਨ ਕਰ ਲੈ। ਕੋਈ ਨਹੀਂ ਜਾ, ਮੈਂ ਕੱਖ ਪਾ ਦਾਂ, ਲੈ ਗੱਲਾਂ ਕਾਹਦੀਆਂ ਕਰਦੀਆਂ, ਸਾਡੇ ਵਾਲਾ ਲਾਣੇਦਾਰ ਤਾਂ ਰੋਜ਼ ਠਾਣੇਦਾਰ ਨਾਲ ਬਹਿੰਦਾ, ਕਦੇ ਆ ਗਿਆ ਕਦੇ ਵਗ ਗਿਆ, ਸਾਨੂੰ ਨਹੀਂ ਪੁਲਿਸ ਪਾਸ ਤੋਂ ਡਰ ਲੱਗਦਾ। ਮੈਂ ਤਾਂ ਆਪ ਕਰਨੈਲ ਵਰਗੀ ਹੋ ਗਈ, ਜਿਵੇਂ ਕਰਨੈਲ ਤਕੜਾ ਹੋ ਗਿਆ ਪੁਲਿਸ ਵਾਲਿਆਂ ਮੂਹਰੇ, ਉਵੇਂ ਮੈਂ ਹੋ ਗਈ, ਡਰਦੀ ਮੈਂ ਵੀ ਨਹੀਂ। ਉਹ ਮੁੰਸ਼ੀ, ਹਾਂਜੀ, ਉਹ ਲਾ ਫੋਨ ਯਾਰ, ਉਹ ਕਿਹਨੂੰ ਲਾਵਾਂ ਫੋਨ, ਉਹ ਗੱਡੀ ਵਾਲਾ ਆਇਆ ਬਿਠਾ ਕੇ ਲੈ ਗਿਆ, ਉਹ ਖੜੇ ਨੇ, ਉਹ ਲੱਗ ਰਹੇ ਨੇ ਕੈਂਪਾਂ ਕੋਲਾ ਪੀਣ ਯਾਰ, ਮੁਰਜਮ ਦਾ ਕੋਲੇ ਬੈਠਾ ਆਪਣੇ, ਉਹ ਨਹੀਂ ਆਉਂਦੇ, ਉਹ ਤਾਂ ਪੈਗ ਪੁੱਗ ਲਾਉਣ ਲੱਗ ਰਹੇ ਨੇ, ਉਹ ਤਾਂ ਕਹਿੰਦੀ ਵੀ ਨਾ ਡਿਊਟੀ ਲਵਾ, ਉਹ ਤਾਂ ਸਟਾਰਾਂ ਦੇ ਚੱਕਰ 'ਚ ਕਹਿੰਦਾ ਛੇਤੀ ਲਵਾ ਲਾ ਉਹਨੂੰ ਨਾਲ। ਯਾਰ ਹੁਣ ਇਹਨੂੰ ਕਿੱਥੇ ਲੱਗ ਗਏ, ਇਹਨੂੰ ਤਣ ਬੰਨੇ ਤਾਂ ਲੱਗੀ ਪਿਆ। ਆਪਾਂ ਕਿੱਥੇ ਜੇ ਖੜੇ ਆਂ? ਕੋਈ ਨਹੀਂ, ਇੱਥੇ ਆਪਾਂ ਹਿਮਾਚਲ 'ਚ ਨਹੀਂ ਖੜੇ, ਇੱਥੇ ਖੜੇ ਆ ਜਨਾਬ। ਹਾਂ, ਸਾਰੇ ਸ਼ੀਸ਼ੇ ਖੁੱਲੇ ਨੇ, ਮੇਰਾ ਸ਼ੀਸ਼ਾ ਤਾਰ ਦੋ, ਮੈਨੂੰ ਘਮੇਰ ਆਈ ਜਾਂਦੇ ਆ ਉਲਟੀ। ਤੈਨੂੰ ਤਾਂ ਕਿਤੇ ਹੋਰ ਨਾ ਤਾਰਦਾ ਮੈਂ, ਐਂ ਕਾਹਨੂੰ ਕਰਦੇ ਨੇ ਜੀ? ਬੜਾ ਦੁਖੀ ਕਰਿਆ, ਕੌਣੇ ਕਰਿਆ, ਹੋ ਖੜਾ ਗਾ ਉੱਥੇ, ਹੋਰ ਕਰ ਦੋ ਜੀ ਥੋੜਾ, ਬਸ ਹੋਰ ਹਾਰ ਨਹੀਂ ਹੁੰਦਾ, ਇਹ ਸਰਕਾਰੀ ਗੱਡੀ ਹੈ, ਮੈਂ ਤਾਂ ਮੁਰਗੀਆਂ ਲਿਆਂਦੀ ਕੁੱਤੇ ਖਾ ਕੇ, ਮੈਂ ਤਾਂ ਅੰਡੇ ਦੀ ਵੇਚ ਕੇ, ਮੈਂ ਤੀਵੀਂ ਕਿੱਥੋਂ ਅੰਡੇ ਤੇਰੇ ਇਹ ਜੇ ਚਕਾਉਂ? ਲੈ
ਤੂੰ ਸਾਨੂੰ ਸਿੱਧੀ ਜੀ ਗੱਲ ਦੱਸ ਦੇ, ਤੇਰਾ ਕਿਹੜੇ ਕੇਸ 'ਚ ਇਨਵੋਲਵ ਹੈ ਤੂੰ? ਉਹ ਮੈਂ ਤਾਂ ਜੀ ਕਿਸੇ ਕੇਸ 'ਚ ਵੀ ਨਹੀਂ ਹੈਗਾ, ਮੈਂ ਕੀ ਕਤਲ ਕਰਤੇ ਜੀ? ਸੁਣੀਓ ਜਾਣਾ ਤੇਰੀਆਂ, ਸਾਡਾ ਬੜਾ ਬਾਇਤੀ ਗਾ ਜੀ, ਅਸੀਂ ਤਾਂ ਅਰਕ ਕੜ ਕੜ ਵੇਚਦੇ ਹਾਂ ਚੀਜ਼ਾਂ ਦੇ, ਜਿਵੇਂ ਗੁੜ ਦਾ ਅਰਕ ਹੋ ਗਿਆ ਜੀ, ਗੰਨੇ ਦਾ ਅਰਕ ਹੋ ਗਿਆ, ਬਸ ਉਹ ਚੀਜ਼ਾਂ ਦੀਆਂ ਦਵਾਈਆਂ ਨੇ ਜੀ ਆਪਣੇ ਕੋਲ। ਅਰਕ ਤੇਰੇ ਤੇ ਕੱਢੂੰਗਾ ਜੱਥ ਨੇ ਚੱਲ। ਨਹੀਂ ਮੈਂ ਇੱਕ ਤੁਹਾਨੂੰ ਗੱਲ ਪੁੱਛਾਂ ਜੀ ਜਨਾਬ, ਤੂੰ ਸਿੱਧੀ ਗੱਲ ਦੱਸ ਸਾਨੂੰ ਸਾਹਿਬ। ਵੱਡੇ ਸਾਹਿਬ ਜੀ, ਮੈਂ ਹੱਥ ਜੋੜਦਾ ਜੀ, ਬੋਲ ਬੋਲ, ਮੈਨੂੰ ਕਿਹੜੇ ਕੇਸ 'ਚ ਚੱਕਿਆ? ਮੈਨੂੰ ਪਤਾ ਤਾਂ ਲੱਗੇ, ਮੈਂ ਜੀ ਪਿੰਡ 'ਚ ਵੀ ਦੱਸਾਂ, ਵਿਹੜੇ 'ਚ ਵੀ ਦੱਸਾਂ, ਮੇਰੇ 'ਤੇ ਆਹ ਕੇਸ ਪੈਂਦਾ। ਇੱਥੇ ਤਾਂ ਬਣੇ ਕੇਸ ਨਾਜਰ ਲਾ ਪਤਾ, ਇੱਕ ਤਾਂ ਜਨਾਨੀਆਂ ਵੇਚਦਾ, ਜਨਾਨੀਆਂ ਤੋਂ ਨਾ ਰੱਬ ਦੀ ਸਮਝ ਆ, ਖੱਬਲ ਆਪਣਾ ਖੱਬਲ ਇੱਕ ਦਾਰੂ ਵਾਲਾ ਕੇਸ ਆ ਤੁਹਾਡੇ 'ਤੇ ਜਨਾਬ, ਖੱਬਲ ਮੁੱਠੀ 'ਚ ਆ, ਆਪਾਂ ਜਨਾਨੀ ਨਹੀਂ ਵੇਚੀ। ਖੱਬਲ ਖੁੱਬਲ ਤਾਂ ਤੂੰ ਛੱਡ, ਤੂੰ ਇੱਕ ਤਾਂ ਖੱਬ ਉਹਦੇ ਵਾਲਾ ਰੌਲਾ ਤੁਹਾਡਾ ਜਨਾਨੀਆਂ ਵਾਲਾ। ਹਾਂ, ਜਨਾਨੀ ਵਾਲਾ ਰੌਲਾ ਨਹੀਂ ਹੈਗਾ ਜੀ, ਨਾ ਮੈਂ ਨਾ ਕੇਸ ਕਰਿਆ ਤੁਹਾਡੇ 'ਤੇ ਸਾਰਿਆਂ 'ਤੇ। ਕਿਹੜੀ ਜਨਾਨੀ ਨੇ ਕਰਤਾ ਜੀ? ਮੈਂ ਤਾਂ ਕਿਸੇ ਜਨਾਨੀ ਨੂੰ ਨਹੀਂ ਜਾਣਦਾ। ਜਾਣਦਾ ਤਾਂ ਪੁੱਤ ਸਭ ਨੂੰ ਆ, ਤੂੰ ਮਿੰਟ 'ਚ ਲੱਗ ਜਾਏਗਾ। ਮੈਂ ਤੁਹਾਨੂੰ ਦੱਸਦਾ ਜੀ, ਮੇਰੇ 'ਤੇ ਕੇਸ ਕੀ ਨੇ ਕਰਾਇਆ? ਮੇਰੇ 'ਤੇ ਕੇਸ ਕਰਾਇਆ ਸਾਡੇ ਵਿਹੜੇ ਨੇ। ਗਿਆ ਹੋਇਆ ਜੀ, ਦਾਖਲ ਹੈ। ਗੁਰਦੇ ਦੀ ਪਾਥਰੀ ਦਾ ਆਪਰੇਸ਼ਨ ਹੋਇਆ ਜੀ, ਚੱਲ ਉਹਦੇ ਕੋਲ ਲੈ ਕੇ ਸਾਨੂੰ ਹੋ ਗਿਆ, ਸਾਨੂੰ ਗੇੜੇ ਮਾਰ ਦੇ। ਨਹੀਂ ਉਹਦਾ ਜੀ ਦਾਖਲ ਕਰਿਆ ਹੋਇਆ ਜੀ, ਉਹਦਾ ਇੱਧਰ ਸਿਮ ਲੇਕਣੀ ਹੈ ਜੀ। ਆਸਮਾਨ ਦੱਸ ਦੇ, ਕੱਥਨ ਦਾ ਟਾਈਮ ਹੋ ਰਿਹਾ, ਮੇਰੇ ਕੀੜੇ ਚੱਲ ਰਹੇ ਨੇ ਅੰਦਰ। ਮੈਂ ਜਨਾਬ ਤੁਹਾਨੂੰ ਗੱਲ ਦੱਸਦਾ, ਤੁਸੀਂ ਮੈਨੂੰ ਗੱਡੀ ਲੈ ਕੇ ਚੱਲੋ, ਮੈਂ ਤੁਹਾਨੂੰ ਸਮਾਨ ਕੋਲੇ ਲੈ ਚੱਲਦਾ। ਚੱਲ ਸਮਾਨ ਲੈ ਚੱਲ, ਸਮਾਨ ਲਵੇ ਲੈ ਕੇ ਚੱਲੇਗਾ? ਹਾਂ, ਉਹਦੇ ਬਾਅਦ ਛੱਡ ਦੋਗੇ ਮੈਨੂੰ? ਹਾਂ ਛੱਡ ਦਾਂਗੇ, ਚੱਲ ਤੇਰੀ ਜ਼ਮਾਨਤ ਕਰਾ ਦਾਂਗੇ ਬਾਹਰ ਦੀ, ਬਾਹਰ ਸਮਾਨ। ਨਹੀਂ ਮੈਨੂੰ ਛੱਡਣਾ ਪਊ ਜੀ। ਹਾਂ ਹਾਂ, ਤੂੰ ਛੱਡ ਦੇ, ਛੱਡੂ ਛੱਡ, ਮੈਨੂੰ ਜਿਵੇਂ ਲੈ ਕੇ ਆਇਆ ਮੇਰੇ ਘਰ ਮੂਰੇ ਤਰ ਕੇ ਉਹ ਮੈਂ ਤਰ ਕੇ ਆਵਾਂਗੇ। ਮਹਾ ਪਾਇਲਟ ਜਿਪਸੀ ਸੁੱਕਦੀ ਜਾਊ ਤੇਰੇ ਘਰ ਖਣੀ ਆ। ਚਲੋ ਜੀ, ਚਲੋ ਸਮਾਨ ਕੋਲੇ ਲੈ ਕੇ ਚੱਲ, ਸਮਾਨ ਕੋਲੇ ਲੈ ਕੇ ਚੱਲ, ਚੱਲ ਬੈਠ। ਚਲੋ ਜੀ, ਚਲੋ ਮੜਾ, ਮੈਂ ਵੜ ਜੂੰਗਾ ਜੀ, ਬੈਠ ਬੈਠ ਜਾ। ਮੈਂ ਸਰਨ ਕਰ, ਮਾਫੀ ਚਾਹੁੰਦਾ, ਮੈਨੂੰ ਕਮੀਰ ਪਾਲੀ ਚੜਦੀ ਹੈ। ਮੈਂ ਮਸਾਂ ਤਾਂ ਮੈਂ ਸਾਰੀ ਲਾ ਦੂੰਗਾ ਜਨਾਬ, ਮੈਂ ਮਸਾਂ ਹਾਂ, ਪਾਣੀ ਪਿਆਵਾਂਗੇ ਤੈਨੂੰ, ਜਿਹਦੀ ਮਰਜ਼ੀ ਸੌਂਕ ਖਵਾ ਲਓ, ਮੈਂ ਮਸਾਂ ਆਵਾਂ ਕਰ ਬੈਠ ਕੇ। ਹੈ, ਮੈਨੂੰ ਮੂਰੇ ਬਿਠਾ ਲਓ, ਚਲੋ ਤੋਰ ਗੱਡੀ ਤੋਰ ਕਰਾ, ਪਹੁੰਚੀ ਮੂਰੇ ਵੀ ਖਾਲੀ ਜਾਊ। ਮੈਂ ਦੱਸੋ ਹੁਣ ਆਪਣੇ ਵਾਲਾ ਤਾਂ ਆਉਂਦਾ ਨਹੀਂ, ਆਪਾਂ ਸਮਾਨ ਲੈ ਕੇ ਚੱਲੀਏ ਇਹਦੇ ਵਾਲਾ, ਆਪਾਂ ਇਹਦੇ ਉੱਥੇ ਤਾਂ ਚੱਲ ਗਏ ਗ੍ਰਾਸ, ਆਪਾਂ ਮਰ ਗਏ ਆਪਾਂ ਤਾਂ ਕਰੂੰ। ਚਲ ਚਲੋ ਜੀ ਜਨਾਬ, ਬੈਠੋ। ਹੋ ਹਾਂ ਇਹਨੂੰ ਜਨਾਬ, ਮੈਂ ਕਹਿੰਦਾ ਜੀ ਮੂਰੇ ਸੀਟ ਖਾਲੀ ਪਈ ਹੈ ਜੀ, ਕੋਈ ਨਹੀਂ ਇੱਥੇ ਬੈਠ ਤੂੰ, ਛਪਾਉਂ ਤੈਨੂੰ। ਜਨਾਬ ਮੰਨ ਲਓ ਗੱਲ ਜੀ, ਮੰਨੂਗਾ ਵੱਡੇ ਮੰਨ ਲਈ ਬਹੁਤ ਗੱਲ ਤੇਰੀ ਵੱਡੇ ਸਾਹਿਬ ਜੀ, ਕੋਈ ਨਹੀਂ ਕੋਈ ਨਹੀਂ, ਮੈਂ ਮੂਰੇ ਬਿਠਾ ਲਓ ਜੀ, ਬਿਠਾਉਂਗਾ ਤੈਨੂੰ, ਮੂਰੇ ਬਿਠਾਉਂਗਾ। ਇੱਕ ਤੁਹਾਨੂੰ ਪੁੱਤੇ ਦਾ ਕੂੜਾ ਜਿਹਾ, ਇੱਕ ਟਾਈਮ ਨਾ ਸਿੱਟ, ਦੂਜੇ ਟਾਈਮ ਇੰਨਾ ਹੋ ਜਾਂਦਾ। ਕਿਵੇਂ ਮਿੰਦਾ ਤੂੰ? ਮੈਨੂੰ ਤਾਂ ਤੂੰ ਬੁਲਾ ਨਾ ਬਸ, ਮੈਂ ਤਾਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ। ਕਿਉਂ, ਕੀ ਹੋ ਗਿਆ? ਨਹੀਂ ਗੁੱਸਾ ਹੋ ਗਈ? ਕਿਉਂ ਗੁੱਸੇ ਹੋਵਾਂ ਨਾ, ਨਾ ਮੇਰੀ ਕੋਈ ਇੱਜ਼ਤ ਨਹੀਂ, ਰਾਤ ਕਿਵੇਂ ਮੱਚ ਮੱਚ ਪੈਂਦੀ ਤੀ। ਸੋਟੀ ਤੈਨੂੰ ਫੇਰ ਪਤਾ ਲੱਗਦਾ, ਟੁੱਟ ਪੈਣਾ ਰਾਫਲ ਚੱਕੀ ਫਿਰਦਾ ਤੀ, ਉਹ ਤਾਂ ਗੱਲ ਹੀ ਮੈਂ ਸਾਂਭਲੀ, ਉੱਤੋਂ ਤੂੰ ਮੈਨੂੰ ਦੁੱਖ ਦੁੱਖ ਦੁਪੈਨੀ ਆ। ਚੰਗਾ ਭੈਣੇ, ਧੰਨਵਾਦ ਤੇਰਾ, ਤੈਂ ਜਿਹੜੀ ਗੱਲ ਸਾਂਭਲੀ, ਪਹਿਲਾਂ ਮੇਰੀ ਗੱਲ ਸੁਣੇਗੀ? ਹੁਣ
ਗੱਲ ਸੁਣ ਲੈ, ਉਹਨਾਂ ਦੇ ਸੀਰੀ ਨੂੰ ਪੁਲਿਸ ਚੱਕ ਕੇ ਲੈ ਗਈ। ਕਿਹਦੇ ਨੂੰ? ਕਰਨੈਲ ਕਿਹਨੂੰ? ਜਿੰਦਰ ਨੂੰ? ਹਾਏ ਮੈਂ ਮਰ ਜਾ। ਹੋਰ ਹੁਣ ਨਹੀਂ, ਇਹ ਤਾਂ ਭੈਣੇ ਕੁਛ ਨਾ ਕੁਛ ਕਰਾ ਕੇ ਹਟਣਗੇ। ਨਪੁੱਤੀ ਦੀ ਅੱਜ ਉਹਦਾ ਮੁੰਡਾ ਮਿਲਿਆ ਤੇ ਮੈਨੂੰ ਸੰਦੀਪ, ਉਹਨੂੰ ਮੈਂ ਲਾਂਭਾ ਦੇਣ ਲੱਗ ਗਈ। ਉਹ ਤਾਂ ਭੈਣੇ ਮੈਨੂੰ 100-100 ਸੁਣਾਈਆਂ ਉਹਨੇ ਤਾਂ। ਨਹੀਂ, ਉਹਨੂੰ ਤਾਂ ਅਕਲ ਨਹੀਂ ਹੈਗੀ ਧੇਲੇ ਦੀ, ਉਹਨੂੰ ਕਾਹਨੂੰ ਛੇੜ ਦਿੰਦੇ ਪਿਓ ਨਾਲ ਦਾ। ਉਹਨੂੰ ਤਾਂ ਆਪ ਜਿਹੋ ਜਿਹਾ ਪਿਓ ਆ ਉਹੋ ਜਿਹਾ ਪੁੱਤ ਆ, ਜਮਾਂ ਹੀ ਦੋਨੋਂ ਇੱਕੋ ਜਿਹੇ। ਗੱਲ ਸੁਣ ਲੈ ਇੱਕ, ਨਹੀਂ ਮੇਰੇ ਤਾਂ ਬਾਹਲੀ ਦੁੱਖਾਂ ਦਾ ਸਾਂਝੀ ਸੀਗਾ ਨੀ ਜਿੰਦਰ, ਹੁਣ ਬਾਗਿਆ ਢਾਏ ਜਾਣੇ ਬਿਨਾਂ ਜੀ ਵੀ ਨਹੀਂ ਲੱਗਣਾ ਹੈਗਾ। ਨਹੀਂ ਚੱਲ ਛੱਡ, ਉਹਨੂੰ ਤਾਂ ਮਾਰ ਗੋਲੀ ਤੋਂ, ਵਾਰੀ ਆਪਣੀ ਆ ਹੁਣ। ਉਹਦਾ ਮੁੰਡਾ ਵੀ ਕਹਿੰਦਾ ਤੀ, ਕਹਿੰਦਾ ਤੁਸੀਂ ਘੱਟ ਨਹੀਂ ਹੈਗੀਆਂ। ਨਾਲੇ ਉਹਦੀ ਮਾਂ ਨੇ ਤਾਂ ਮੈਨੂੰ ਪਹਿਲੀ ਕਹਿਤਾ ਤੀ, ਕਹਿੰਦੀ 2-3 ਤੀਵੀਆਂ ਤੇ ਮੇਰੀ ਅੱਖ ਆ। ਮੇਰੀ ਗੱਲ ਸੁਣਨਾ ਨਹੀਂ, ਜੇ ਮੂੰਹ ਨਹੀਂ ਚੱਜਦਾ ਗੱਲ ਤਾਂ ਚੱਜ ਦੀ ਕਰ ਲਿਆ ਕਰ। ਸਾਰਾ ਦਿਨ ਆਪਣੀ ਗੱਲ, ਹਾਏ ਥਾਣੇ 'ਚ ਜਾਵਾਂਗੇ, ਹੈ ਥਾਣੇ 'ਚ ਜਾਵਾਂਗੇ। ਆਪਾਂ ਕਿਉਂ ਜਾਵਾਂਗੇ ਥਾਣੇ 'ਚ? ਆਪਾਂ ਕਿ ਪੁਲਿਸ ਬੁਲਾਈ ਆ ਜਾਂ ਆਪਾਂ ਉਹਨਾਂ ਦਾ ਕੁਛ ਲੈਣਾ ਦੇਣਾ? ਗੱਲ ਦੱਸ ਮੈਨੂੰ, ਕਿਉਂ ਜਾਵਾਂਗੇ ਆਪਾਂ ਥਾਣੇ 'ਚ? ਉਈ ਮਰੀ ਜਾਂਦੀ ਹੁੰਦੀ ਜਵਲੀਆਂ ਤੂੰ। ਨਹੀਂ ਤੇਰਾ ਕੁਛ ਲੱਗਦਾ ਰਾਤ ਦਰਵਾਜ਼ੇ ਭੰਨਦਾ ਫਿਰਦਾ ਤੀ ਰਾਹ ਪੀ ਕੇ। ਦਰਵਾਜ਼ੇ ਆਪਣੇ ਭੰਨਦਾ ਸੀ ਨਾ ਕਿ ਆਪਾਂ ਥੋੜੂ ਭੰਨਣ ਗਏ ਸੀ ਉਹਨਾਂ ਦੇ ਦਰਵਾਜ਼ੇ? ਮੇਰੀ ਗੱਲ ਸੁਣ, ਆਪਾਂ ਗੱਲ ਥਾਣੇ 'ਚ ਕਰ ਸਕਦੇ ਹਾਂ ਜੇ ਕੋਈ ਥਾਣੇ ਵਾਲਾ ਆਪਣੇ ਘਰ ਆਇਆ। ਮੇਰੀ ਗੱਲ ਸੁਣ ਲੈ, ਕੰਨ ਖੋਲ੍ਹ ਕੇ, ਕਿਤੇ ਜਾਣ ਦੀ ਲੋੜ ਨਹੀਂ। ਜੇ ਤੂੰ ਬਾਹਲਾ ਡਰਦੀ ਆ ਪੁਲਿਸ ਵਾਲੇ ਤੋਂ ਤਾਂ ਫਿਰ ਆਪਦੇ ਪੇਕੇ ਵਗ ਜਾ, ਮੈਂ ਤਾਂ ਨਹੀਂ ਜਾਂਦੀ ਭਾਈ ਆਪਦਾ ਘਰ ਛੱਡ ਕੇ। ਨਾ ਮੈਂ ਕਾਹਤੋਂ ਵਗ ਜਾ ਪੇਕੇ, ਮਸਾਂ ਤਾਂ ਮੈਂ ਆਈਆਂ ਨਿਕਲੀ ਉਦੜੀ ਸਾਲ ਪਿੱਛੋਂ। ਹਾਂ ਫਿਰ ਗੱਲ ਸੁਣੇਗੀ ਮੇਰੀ ਹੁਣ, ਜੇ ਪੁਲਿਸ ਵਾਲਾ ਆ ਗਿਆ ਸਿੱਧੀ ਗੱਲ ਆ, ਮੇਰਾ ਨਾਂ ਤਾਂ ਲਈ ਨਾ, ਮੈਂ ਤੇਰਾ ਨਾਂ ਨਹੀਂ ਲੈਂਦੀ। ਸਿੱਧੀ ਗੱਲ ਇਹ ਨਿਬੇੜਦੀ ਵੀ ਅਸੀਂ ਤਾਂ ਜਾਣਦੇ ਨਹੀਂ ਇੱਕ ਦੂਜੇ ਨੂੰ। ਜੇ ਪੁਲਿਸ ਵਾਲਾ ਆ ਗਿਆ ਸਾਡੇ ਘਰੇ, ਮੈਂ ਤਾਂ ਐ ਕਹਿ ਦੂ ਸਾਡੀ ਨਵੀਂ ਨਵੀਂ ਮੈਂ ਸੂਈ ਆ ਬੋਲੀ ਖਾਜੀ, ਫਸੇਂਗੀ ਤੂੰ। ਨਪੁੱਤੀ ਦੀ ਧੀ ਲੈ ਲੱਗਦੀ ਹੋਈ ਆ ਬੋਲੀ ਦੀ, ਨੀ ਤੂੰ ਤਾਂ ਬੋਲੀ ਖਵਾ ਦੇਂਗੀ, ਮੈਂ ਕੀ ਖਵਾ ਕੇ ਉਹਨੂੰ ਵਡਿਆਉਂਗੀ? ਤੈਨੂੰ ਤਾਂ ਬਥੇਰੇ ਚਰਿੱਤਰ ਆਉਂਦੇ ਨੇ, ਪਖੰਡਣ ਕਿਸੇ ਥਾਂ ਦੀ, ਮੈਨੂੰ ਫਸਾਊਗੀ ਇਹ। ਹਾਂਜੀ ਬਾਬੂ ਜੀ। ਮੈਂ ਇਹਨੂੰ ਬਥੇਰਾ ਜ਼ੋਰ ਲਾ ਲਿਆ ਪਰ ਮੰਨਦਾ ਨਹੀਂ। ਮੈਂ ਕਰਨੈਲ ਬੋਲਦਾ ਜੀ, ਇਹ ਆਪਣੇ ਹੋਰ ਪਾਸੇ ਤੋਂ ਲਾਇਆ ਹੋਇਆ ਨੰਬਰ। ਆਪਦੀਆਂ ਚਲਾਉਂਦਾ ਆਪਦੀਆਂ। ਹਾਂ ਤੁਸੀਂ ਨਾਲੇ ਤਾਂ 5-7 ਲੱਖ ਰੁਪਇਆ ਰੱਖੋ ਤਿਆਰ ਕਰਕੇ, ਜੇ ਸਾਨੂੰ ਲੋੜ ਪਏਗੀ ਆਪਣੇ ਕੇ ਤਾਂ 35 ਨਹੀਂ। ਗੱਲ ਤਾਂ ਬਸ ਕੁਛ ਨਹੀਂ ਹੋਈ, ਕੋਈ ਬਸ ਨਾ ਜਾ ਰੱਖਿਆ ਆ। ਹਾਂ ਨਾਲੇ ਕੋਈ ਪਤਾ ਦੇਖੋ ਵੀ ਮਾੜਾ ਮੋਟਾ ਨਾ, ਹਾਂ ਕੋਈ ਲਿਹਾਜ਼ ਚ ਹੋਵੇ, ਰਿਸ਼ਤੇਦਾਰੀ ਚ ਹੋਵੇ, ਕੋਈ ਮੁਲਾਜ਼ਮ ਅਸਬਰ ਹੋਵੇ ਕੋਈ ਵਧੀਆ, ਵੀ ਚੱਲ ਆਪਣੀ ਗੱਲ ਸੁਣ ਲੈ। ਚਲ ਉਹ ਤਾਂ ਕਹਿੰਦੇ ਵੀ ਕੋਈ ਨਾ ਪੈਸਿਆਂ ਦੀ ਭਾਈ ਲੋੜ ਹੋਈ ਲੈ ਜੀ, ਵੀ ਐਂ ਤਾਂ ਫਿਰ ਕਰਾਂਗੇ ਕੰਮ ਤਾਂ, ਖੜਦੇ ਨੇ ਨਾਲ ਆਪਣੇ, ਖੜਦੇ ਨੇ ਨਾਲ। ਆ ਪੁੱਠੇ ਕੰਮਾਂ 'ਚ ਤਾਂ ਪੈਸਾ ਲਾਉਣ ਤੇਰੇ ਕੋਲ ਬਥੇਰੀ ਆਉਂਦਾ ਹੈ, ਘਰ ਦੀ ਕਬੀਲਦਾਰੀ ਵਾਸਤੇ ਨਿਕਲਦਾ ਨਹੀਂ। ਸਹੀ ਗੱਲ ਹੈ। ਕਬੀਲਦਾਰੀ ਤੂੰ ਕਾਹ ਤੋਂ ਬੈਠੇ, ਉਹਨੂੰ ਇਹ ਤਾਂ ਦੱਸ ਦੇ ਕਿਹੜੀ ਚੀਜ਼ ਤੋਂ ਬੈਠੀਆਂ ਤੂੰ, ਕਿਹੜੀ ਚੀਜ਼ ਤੋਂ ਦੱਸ ਦੇ ਆ ਤੂੰ। ਇਹਨੇ ਪੇਕਿਆਂ ਨੂੰ ਸਮਾਨ ਨਹੀਂ ਢੋਇਆ, 6 ਮਹੀਨੇ ਹੋ ਗਏ ਪੇਕੇ ਬੈਠੇ ਨੂੰ। ਬੈਠੀ ਤਾਂ ਮੈਂ ਕਸ ਤੋਂ ਨਹੀਂ, ਫਿਕਰ ਤਾਂ ਮੈਨੂੰ ਲੱਗਦਾ ਹੀ ਹੈ ਘਰ ਦਾ ਵੀ ਪੈਸੇ ਖਰਾਬ ਹੁੰਦੇ ਨੇ। ਖਰਾਬ ਤਾਂ ਫਿਰ ਹੁਣ ਜੋ ਪਤੀ ਨਹੀਂ ਕੋਈ ਨਾ, ਆਪਾਂ ਐਂ ਕਰਦੇ, ਮੇਰੀ ਗੱਲ ਸੁਣੋ, ਆਪਾਂ ਕੱਲ ਨੂੰ ਪੰਚਾਇਤ ਲੈ ਕੇ ਥਾਣੇ 'ਚ ਚੱਲਦੇ ਇਕੱਠੇ ਹੋ ਕੇ ਵੀ ਭਾਈ ਪਤਾ ਦੱਸ ਕੇ ਉਹ ਫੜਿਆ ਸਾਡਾ, ਕੋਈ ਸਾਡੇ ਨਾਲ ਗੱਲਬਾਤ ਤੁਸੀਂ ਉਹ ਕਰ ਲੈਂਦੇ। ਉਹ ਆਈ ਤੀ ਵੀਰੋ ਮੇਰੇ ਕੋਲ ਪਿੱਟ ਦੀ ਪਟਿਆਉਂਦੀ, ਇਹਨੂੰ ਚੱਕ ਕੇ ਲੈ ਗਏ। ਮੈਂ ਕਿਹਾ ਕੋਈ ਨਹੀਂ ਛਡਾ ਲੈ, ਉਹ ਤੇਰੇ ਨਾਲ ਮੇਰੀ ਪਹੁੰਚ ਹੈ ਨਾ, ਪਹੁੰਚ ਬਥੇਰੀ ਆ, ਪਹੁੰਚ ਦਾ ਦਹਾਂ ਤੱਕ ਆਪਣੀ। ਹਾਂ ਹਾਂ ਹੁਣ ਤੂੰ ਲਾ ਲੈ ਠੀਕ ਠਾਕ। ਹੈਲੋ ਹਾਂ ਵਧੀਆ, ਬੰਦਾ ਚੱਕ ਲੈ ਆਪਣਾ। ਅੱਛਾ ਕੇਸ ਪਾਇਆ ਦਾ ਸੀਰੀ, ਕੇਸ ਪਾਇਆ ਅਸਾਂ ਨਾਲ ਦਿੱਤੇ ਵੀ ਪਊ। ਮੇਰੀ ਗੱਲ ਸੁਣ ਲਓ ਇੱਕ,
ਮੇਰੇ ਕਨੀ ਉਹ ਸਾਰਾ ਪਿੰਡ ਚੱਕ ਲਿਓ, ਮੇਰੇ ਕਨੀ ਮੇਰੀ ਦੱਤੀ ਬਾਣਾ ਹੋਵੇ ਬਸ, ਮੇਰੇ ਕਨੀ ਸਾਰਾ ਪਿੰਡ ਚੱਕ ਲਿਓ। ਤੇ ਪਕਾਈ ਬਾਗੇ ਸੀ ਕਰਨਗੇ ਭੁਗਤਣਗੇ, ਕਿਸੇ ਨੂੰ ਲਾਇਆ ਫੋਕ ਕੇ ਡਰਾਬੇ ਦਿੰਦਾ, ਕਿਸੇ ਨੂੰ ਨਹੀਂ ਲਾਗਦਾ ਇਹਨੂੰ, ਮੇਰੇ ਸਾਲੇ ਨੂੰ ਕੋਈ ਕੁੱਤਾ ਨਹੀਂ। ਚੰਗਾ ਓਕੇ, ਮੈਂ ਤੈਨੂੰ ਹੋਰ ਗੱਲ ਦੱਸਦਾ, ਮੈਂ ਤੈਨੂੰ ਐ ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਐ ਕਹਿਣਾ ਗਾ ਕੰਮ ਕਰਤਾ ਉਹਦਾ, ਟਿਕ ਲੈ ਮੈਂ ਕਿਹਾ ਗੁੱਸਾ ਤੁਸੀਂ ਘਬਰਾਓ ਨਾ, ਤੂੰ ਕੁੱਤੇ ਪਕਾਈ ਨਾ ਮਾਰ, ਨਾ ਕਿਸੇ ਸਕੀਰੀ ਚ ਦੱਸੀ ਹਜੇ ਵੀ ਕਾਇ ਕਰਕੇ ਗੱਲ ਐ ਹੋ ਗਈ, ਨਾਲੇ ਗੱਲ ਸੁਣ ਲੈ ਮੇਰੀ, ਇੱਥੇ ਪਿੰਡ ਚ ਨਹੀਂ ਨਿਕਲਣਾ ਤੈਂ, ਹਿੱਲੇ ਜੇ ਦਿਮਾਗ ਵਾਲਾ ਹੋਮ ਗਾੜੀ ਆ ਫਿਰਦਾ ਲੋਕਾਂ ਦੇ ਵਿੱਚ ਵੱਜਦਾ, ਉਹ ਤੇਰੇ ਤੇ ਝੂਠਾ ਕੇਸ ਕਰਾ ਕੇ ਅੰਦਰ ਸੜ ਦੂ ਤੈਨੂੰ, ਤੂੰ ਵੱਜ ਕੇ ਨਹੀਂ, ਮੈਂ ਤਾਂ ਕੁਝ ਨਹੀਂ ਕਹਿੰਦਾ, ਲੋੜ ਪੈਂਦਾ ਉਹਦੇ, ਮੈਂ ਕਿਹੜਾ ਪੁੱਠੇ ਕੰਮ ਕਰਨੇ ਨੇ, ਮੈਂ ਸਿੱਧੇ ਕੰਮ ਕਰਦੀ ਆ, ਮੈਂ ਤਾਂ ਕਿਸੇ ਨੂੰ ਪੰਜ ਨਹੀਂ ਕਹੀ, ਤਿੰਨ ਨਹੀਂ ਕਹਿੰਦੀ, ਤੂੰ ਕਹਿੰਦਾ ਉਹ ਤਾਂ ਚਾਹੀਦੀ, ਜੇ ਤੂੰ ਉਹਨੂੰ ਦੇਖ ਲੈ ਤੇਰੇ ਤਾਂ ਉਹ ਵਿੱਚ ਵੱਜੂ ਆ ਕੇ ਹਿੱਲੇ ਦਿਮਾਗ ਵਾਲਾ, ਹਾਂ ਵੱਜੂਗਾ, ਤੂੰ ਕਿਹਦੇ ਵਿੱਚ ਵੱਜਿਆ ਦੀ ਬਾਈ, ਆਪਾਂ ਨਹੀਂ ਕਹਦੇ ਵਿੱਚ ਵੱਜਦੇ, ਆਪਾਂ ਤਾਂ ਕਹਦੇ ਵਿੱਚ ਨਹੀਂ ਵੱਜਦੇ, ਜਾਇਆ ਕਰ ਮੇਰੀ ਗੱਲ ਸੁਣ, ਘਬਰਾਓ ਨਾ ਰੌਲਾ ਨਾ ਪਾਓ, ਇਹ ਗੱਲਾਂ ਹੋਣਗੀਆਂ ਹੁਣ ਲਿੰਕਾਂ ਤੇ, ਹੁਣ ਲਿੰਕ ਪਰਖੇ ਜਾਣਗੇ, ਕੋਈ ਨਾ ਮੈਂ ਆਪ ਹੀ ਕਰਦਾ ਸਾਰਾ ਕੁਛ, ਸੀਰੀ ਨੂੰ ਤਾਂ ਲੈ ਕੇ ਆਵਾਂਗੇ ਸੁਣਾ ਕੇ, ਕਿਉਂ ਜੀ ਪਤਾ ਕੋਈ ਨੀ, ਪਤਾ ਫੋਨ ਕਰਤਾ, ਸੀਰੀ ਤਾਂ ਸਿਰਾਉਣਾ ਪਊ, ਮੇਰੀ ਤਾਂ ਹਾਜ਼ਰੀ ਲੱਗੀ ਨਾ, ਤੇਰੀ ਹਾਜ਼ਰੀ ਲੱਗੀ ਆ, ਮੈਂ ਤਾਂ ਸੌਂਦਾ ਨੀ, ਮੈਂ ਆ ਬੰਦਾ ਹੁਸ਼ਿਆਰ, ਤੂੰ ਨੀ ਉੱਠਦਾ, ਤੂੰ ਪਿਆ ਰਹਿਣਾ 12 ਵਜੇ ਤੱਕ ਚੱਕੜ ਕੇ, ਤੇ ਦੂਹਾਂ ਮੈਂ ਲਿਖ ਕੇ ਦਿੰਦਾ, ਮੈਂ ਤਾਂ ਪੈਂਦੀ ਨਹੀਂ ਭੈਣ, ਮੈਂ ਲਿਖ ਕੇ ਦਿੰਦਾ ਤੈਨੂੰ, ਮੈਂ ਤੈਨੂੰ ਲਿਖ ਕੇ ਦਿੰਦਾ, ਮੈਂ ਗੱਲ ਹੋਰ ਦੱਸਦਾ, ਇਹ ਮਾਰਾ ਕੱਲਾ ਚੱਕੀ ਫਿਰਦਾ ਬੰਦੂਕ, ਹੁਣ ਪਤਾ ਲੱਗੂ ਨੇ ਤਰੂ ਬੜੇ ਮੇ ਖਾਣੀ, ਕੁੰਡੀਆਂ ਦੇ ਸਿੰਘ ਫਸ ਗਏ, ਜਿਵੇਂ ਕਰਦਾ ਕਰ ਲੈਂਦੇ ਬੰਦੂਕ ਦਾ ਮੈਂ ਸਾਂਭ ਕੇ ਧਰ ਤੇ ਲੁਕੋ ਕੇ ਰੱਖਤੀ, ਤੂੰ ਪੰਗੇ ਪਾਉਣਾ, ਆਪਾਂ ਤਾਂ ਆਪੇ ਦੀ ਜਾਣਾ, ਆਪਾਂ ਤਾਂ ਰਸਾ ਕਾੜ ਤੇ ਚੜੀ ਹੋਈ ਆ, ਆਪਾਂ ਨੂੰ ਕੀ ਖਬਰ, ਕਮਾਲ ਕਰਦਾ ਹੈ, ਮੇਰਾ ਕੋਈ ਬਾਲ ਮੇ ਗਏ, ਮੈਂ ਤਾਂ ਇੱਛਾ ਸਾਨੂੰ ਕਰਤਾ ਦੇ, ਤੂੰ ਅਸੀਂ ਕਿਸੇ ਕੋ ਦੇਣਾ ਤੇ ਬਾਲ ਦੇਂਗੇ, ਮੇਰੀ ਗੱਲ ਸੁਣ ਲੈ, ਮੇਰੇ ਹੱਥ ਨਾਲ ਮਾਰਦਾ ਹੈ, ਉਹ ਆ ਜਾਓ, ਇਹ ਜਿਹਾ ਕੰਮ ਨਾ ਤੂੰ ਕਰਿਆ ਕਰ, ਹਰ ਟਾਈਮ ਫੋਨ ਤਾਂ ਅਜੇ ਇੱਕ ਕਰਿਆ, ਦੁਬਾਰੇ ਹੋਰ ਫੋਨ ਕਰ, ਕਰ ਫੋਨ ਕਰ, ਤੂੰ ਫੋਨ ਕਰ, ਕਰ ਫੋਨ, ਦੇਖਾ ਫੋਨ ਲਾਇਆ ਹੋਇਆ, ਮੈਂ ਕਲਾ ਬਹਿ ਲਾਈ ਤਾਂ, ਲਾਈ ਤਾਂ 198 ਦੇ ਪਿਆ, ਬੰਦਾ ਆ ਰਿਹਾ ਸਾਲਾ, ਮੈਂ ਬੰਦ ਕਰ ਲਿਆ ਡਿਊਟੀ ਦਾ ਟਾਈਮ ਅਗਲਾ, ਹੁਣ ਤੇਰੇ ਤੇ ਫਿਰਦਾ ਹੀ ਮਾਰਦਾ, ਤੇਰੇ ਤੇ ਨਹੀਂ ਫਿਰਦਾ, ਮੈਂ ਜਾਣਾ ਮਿਲਣ ਥਾਣੇ ਚ ਉਹਨੂੰ, ਮੈਂ ਉਹਨੂੰ ਕਹਿਣਾ ਜਿੱਦਨ ਨੂੰ ਪਈ ਦਾ ਨਾ ਧਰ ਤੂੰ ਸਿੱਧਾ, ਤੂੰ ਸਿੱਧਾ ਨਾ, ਮੈਂ ਜਾਣਾ, ਮੈਂ ਜਾਣਾ, ਮੈਂ ਤਾਂ ਜਾਣਾ, ਮੈਂ ਉਹਨੂੰ ਕਹੂੰਗਾ ਵੀ ਪਈ ਦਾ ਨਾ ਲੈ ਦੇ ਤੂੰ, ਵੀ ਇਹ ਕੁੱਤਾ ਬੰਦਾ ਕਰਦਾ, ਕਰ ਲੈ, ਮੈਂ ਜਾਣਾ, ਮੈਂ ਜਾਣਾ, ਮੈਂ ਕਰਦਾ ਜੀ ਮੇਰੇ, ਉਹ ਜਾ ਵਗ ਜਾ ਯਾਰ, ਤੇਰਾ ਡਰ ਮਰਿਆ ਦਾ ਕਿਹੜਾ ਚੜਾਏਗਾ ਠਾਣਾ ਤੂੰ ਮੇਰੇ ਤੇ, ਗੱਲ ਤਾਂ ਪੱਕਿਆ ਮੇਰਾ ਸਾਲਾ, ਫੋਨ ਜਾਂ ਤਾਂ ਫੋਰਮੈਲਿਟੀ 'ਚ ਕਰਤਾ, ਨਾ ਤਾਂ ਕਿਸੇ ਨੂੰ ਲਾਇਆ ਨਾ ਹੀ ਲੱਗਿਆ, ਗੱਲ ਤਾਂ ਹੋ ਜੂਗਾ ਮੈਂ, ਕੇਸ ਕੁਛ ਮੇਰੇ ਛੱਡਣੇ ਨਹੀਂ, ਕੀ ਪਤਾ ਪਾਨ ਦੇ ਕੇ ਉਹ ਤੋਂ ਨੌਤਰਾ ਤਾ, ਮੈਂ ਵੱਡੀ ਦਾ ਮਰ ਦੂੰ, ਕਰਨੈਲਾ ਮੈਂ ਗੁੱਸਾ ਕਰ ਗਿਆ ਤੁਹਾਡੇ ਭਾਈ, ਹੋ ਕਰਨੈਲਾ ਮਨਾਉਣਾ ਆਪਾਂ ਉੱਪਰ ਆਉਣਾ, ਚਾਚੀ ਚਾਚੀ ਬੇ, ਹਾਂ ਮਨਜੀਤ, ਰਾਤ ਚਾਚੀ ਕਾਕਾ ਟੀਫਨ ਲਿਆਇਆ ਸੀਗਾ, ਟੀਫਨ ਲਿਆਇਆ ਸੀ, ਹਾਂ ਕਾਦੇ ਵਾਸਤੇ, ਰੋਟੀ ਲਿਆ ਤੀਗਾ, ਲੈ ਦੇਖ ਲੈ, ਨਾਲੇ ਤਾਂ ਮੱਥੋਂ 200-300 ਰੁਪਿਆ ਲੈ ਲਿਆ, ਅੱਗੇ ਤਾਈ ਜੇ ਮੈਨੂੰ ਭੁੱਖ ਲੱਗੀ ਮੈਂ ਕੁਛ ਖਾ ਲੂੰਗਾ, ਨਾਲੇ ਸੋਡੇ ਘਰੋਂ ਰੋਟੀਆਂ ਲਿਆ ਆ, ਕੱਲੀ ਤੀ ਕਿ ਕੋਈ ਹੋਰ ਵੀ ਤੀ ਨਾਲ, 6-7 ਮੁੰਡੇ ਫਿਰਦੇ ਤੀ ਰਾਤ, ਗਾਣੇ ਗੁਣੇ ਚੱਲ ਰਹੇ ਤੀ, ਮੈਨੂੰ ਤਾਂ ਬੂਫਰ ਵਾਫਰ ਲਾਏ ਹੋਏ ਤੀਗੇ ਪੂਰੇ, ਹਾਂ ਮੈਂ ਮਰਚਾਂ ਦੇਖ ਲੈ, ਹੈ ਮਲੰਗ ਦੇ ਜਮੀ ਸ਼ਰਮ ਨਹੀਂ ਹੈਗੀ ਵੀ ਉਰੇ ਕੀ ਤੇਰਾ ਮਕਲਾਬ ਆਤਰਿਆ ਹੋਇਆ, ਤੂੰ ਬੂਫਰ ਲਾਉਣਾ ਹੈ ਨਾ, ਕੀ ਨਿਸ਼ਾ ਰਹੇਗੀ ਇਹੋ ਜਿਹੇ ਬੰਦੇ ਦੀ ਘਰੇ ਭਲਾ, ਉਹ ਤਾਂ ਖਾਸੀ
12 1 ਵਜੇ ਤੱਕ ਉਹਨਾਂ ਨੇ ਉਹ ਕਰਿਆ ਹੋਰ ਪ੍ਰੋਗਰਾਮ ਕੋਈ। ਅੱਛਾ ਮੰਨ ਕੇ ਚੱਲ ਵੀ ਪੂਰਾ, ਮੈਨੂੰ ਤਾਂ ਲੱਗਦਾ ਰੇ ਮੀਟ ਮੱਛੀ ਮਗਰੋਂ ਪੂਰਾ ਚੱਲਿਆ ਹੋਣਾ ਹਨਾ, ਪੀਤੀਆਂ ਹੋਣੀਆਂ ਪੂਰੀਆਂ ਸ਼ਰਾਬਾਂ ਕਬਾਬਾਂ। 12 ਵਜੇ 1 ਤੱਕ ਗਾਹ ਪੈਂਦਾ ਰਹੇਗਾ। ਮੈਂ ਵੀ ਦੇਖਾਂ ਮਖਰ ਸੋਈ 'ਚ ਚੱਕੜ ਕਾਣ ਕਿੰਨੇ ਸਾਰੇ ਭਾਂਡੇ ਤੜਕੇ ਫੜ ਕੇ ਚੰਗੇ ਲਾਏ ਪਏ ਨੇ, ਮੈਨੂੰ ਕੀ ਪਤਾ ਰੁੜ ਜਾਣੇ ਨੇ ਆਹ ਚੰਦ ਚਾੜਿਆ ਮਗਰੋਂ। ਚੱਲ ਮੇਰੀ ਗੱਲ ਸੁਣ ਪੁੱਤ, ਹੁਣ ਮੈਂ ਨਾ ਤੈਨੂੰ ਟੀਪਣ ਸਮਾਰ ਕੇ ਮਾਂਜ ਕੇ ਅੱਗ ਥਾਣੀ ਕੱਢ ਕੇ ਫੇਰ ਦੇ ਕੇ ਆਉਂਗੀ। ਦੇਖ ਤੁਹਾਡਾ ਟੱਬਰ ਤਾਂ ਸਾਰਾ ਵੈਸ਼ਨੂ ਹੈ, ਇਹ ਚੀਜ਼ ਨੂੰ ਹੱਥ ਵੀ ਨਹੀਂ ਲਾਉਂਦਾ ਹੈਗਾ ਹਨਾ। ਹਾਂ ਕੋਈ ਨਾ ਤੂੰ ਵਗ, ਚੱਲ ਫੇਰ ਮੈਂ ਫੜਾ ਆਉਂਗੀ। ਚੰਗਾ ਠੀਕ ਹੈ, ਚਾਹ ਪਾਣੀ ਪੀਣਾ ਤਾਂ ਦੱਸ। ਨਾ ਬਸ, ਚੱਲ ਠੀਕ ਹੈ। ਲੈ ਦੇਖ ਲੈ ਮੀਣਾ ਜਾ ਕਿੱਡਾ ਹਰਾਮੀ ਆ, ਮਗਰੋਂ ਪੂਰੀਆਂ ਪਾਰਟੀਆਂ ਸ਼ਾਰਟੀਆਂ ਚੱਲੀਆਂ ਨੇ, ਆਹ ਦੋ ਕੁ ਦਿਨਾਂ ਨੂੰ ਕਹੂਗਾ ਤਾਂ ਹੀ ਮੈਨੂੰ ਇੰਨੇ ਕੁ ਪੈਸੇ ਦੀ ਲੋੜ ਹੈ। ਚੱਜ ਤਾਂ ਮਾੜੀ ਨੇ ਨਾ ਪੁੱਤੇ ਦੇ, ਕਦੇ ਕੱਪੜਿਆਂ 'ਤੇ ਲਾਇਆ ਕਦੇ ਪਾਰਟੀਆਂ 'ਤੇ ਲਾਇਆ, ਕੋਈ ਨਾ ਆ ਜਾਣ ਦੇ ਘਰੇ, ਅੱਜ ਬਣਾਉ ਇਹਦੀ ਬੱਤਰੀ ਸਮਾਰ ਕੇ, ਦੇਵਾਂ ਉਹਨੂੰ ਮੈਂ ਢਾਵੇਂ ਮੰਗਣ ਦੇ ਮੈਥੋਂ, ਕਿੱਥੇ ਤਪਾਇਆ ਕੰਜਰ ਨੇ।